ਵਾਹਿਗੁਰੂ ਜੀ ਗੁਰੂ ਨਾਨਕ ਭਗ ਪੰਕਜ ਬੰਦਨ ਭਗ ਪੰਕਜ ਬੰਦਨ ਸਿਮਰਉ ਅੰਗਦ ਦੋਖ ਨੇ ਕੰਦਨ ਅਮਰਦਾਸ ਹਿਰਦੈ ਨਿਤ ਧਿਆਵਉ ਹਰਦਨਿਤ ਧਿਆਵੋ ਸੇ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੁਬਿੰਦ ਸੋਭ ਮਤ ਪਰਕਾਰਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਨਮਨ ਆਏ ਬਹੁ ਤੇਗ ਬਹਾਦਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਘਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਹਾਰ ਬਾਰ ਜਗਦੀ ਸਾ ਇਸ ਮੈਂ ਅੰਮ੍ਰਿਤ ਗਿਆਨੁ ਹੈ ਮਾਨਕ ਭਗਤ ਮੈ ਰਾਗ ਗੁਰੂ ਗ੍ਰੰਥ ਸਾਹਿਬਿ ਉਦਦ ਬੰਦੋਂ ਕਰਿ ਅਨੁraag ਸ੍ਰੀ ਗੁਰੂ ਸ਼ਬਦ ਕਮਾਇ ਜਿਨ ਜੀਤੇ ਪੰਚ ਵਿਕਾਰ ਨਿਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੁਏ ਸਤਨਾਮ ਵਾਹਿਗੁਰੂ ਸਾਹਿਬ ਜੀ ਸਭ ਕੀ ਕਥਾ ਕਹਾ ਲਗ ਕਹੈ ਸੁਨੀਏ ਇਕ ਮਨ ਕੀ ਜਿਮ ਅਹੈ ਅਹੈ ਪਹੋਏ ਤੇ ਤ੍ਰੈ ਕੋਸ ਇਕ ਮੰਕਨ ਮਨ ਹੁਤੋ ਅਦੋਸ ਸਭ ਕੀ ਕਥਾ ਕਹਾ ਲੱਗ ਕਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਚਨ ਕਿਰਪਾ ਦੇ ਖਜਾਨੇ ਤਨ ਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਤ ਸੰਗਤ ਜੀਓ ਸਾਹਿਬ ਗੁਰੂ ਨਾਨਕ ਜੋਤ ਦੇ ਤੀਜੇ ਸਰੂਪ ਧੰਨ ਗੁਰੂ ਅਮਰਦਾਸ ਮਹਾਰਾਜ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ ਜਗਤ ਜੀਵਾਂ ਦੇ ਭਲੇ ਲਈ ਸਹਿਬ ਗੁਰੂ ਨਾਨਕ ਦੀ ਗੁਰਸਿੱਖੀ ਜੋ ਨਿਰਮਲ ਪੰਥ ਖਾਲਸਾ ਪੰਥ ਗੁਰੂ ਸਾਹਿਬ ਜੀ ਨੇ ਪਰਚਲਿਤ ਕੀਤਾ ਹੈ ਉਸ ਦੇ ਪ੍ਰਚਾਰ ਲਈ ਸਹਿਬ ਗੁਰੂ ਅਮਰਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਹੈ ਨਦੀ ਤੋਂ ਪਾਰ ਪਾਸੇ ਡੰਲਾ ਨਗਰ ਜਿੱਥੇ ਮੇਰੇ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ 72 ਬ੍ਰਹਮ ਗਿਆਨੀ ਗੁਰਸਿੱਖ ਸਤਿਗੁਰੂ ਜੀ ਦੇ ਪਿਆਰੇ ਉਸ ਨਗਰੀ ਵਿੱਚ ਗੁਰੂ ਦੀ ਸੰਗਤ ਕਰਕੇ ਹੋਏ ਹਨ ਐਸੀਆਂ ਬਰਕਤਾਂ ਤੇ ਬਖਸ਼ਿਸ਼ਾਂ ਕਰਨ ਵਾਲੇ ਮੇਰੇ ਸਤਿਗੁਰੂਆਂ ਨੇ ਜਦੋਂ ਰਹਿਮਤਾਂ ਕੀਤੀਆਂ ਨੇ ਤਾਂ ਫਿਰ ਜਦੋਂ ਸਤਿਗੁਰੂ ਜੀ ਨੇ ਚਰਨਾਂ ਵਿੱਚ ਇਹ ਤੀਰਥਾਂ ਨੇ ਅਰਦਾਸ ਕੀਤੀ ਹੈ ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ ਕਿ ਇਹ ਗੰਗਾ ਆਦਿਕ ਜਿਤਨੇ ਵੀ ਤੀਰਥ ਨੇ ਭਾਰਤ ਭੂਮੀ ਤੇ ਇਹਨਾਂ ਨੇ ਅਰਦਾਸ ਕੀਤੀ ਹੈ ਕਿ ਮਹਾਰਾਜ ਕਲਯੁਗ ਦਾ ਸਮਾ ਪਾਪੀ ਲੋਕ ਸਾਡੇ ਵਿੱਚ ਆਣ ਕੇ ਇਸ਼ਨਾਨ ਕਰਦੇ ਹਨ ਆਪਣੇ ਪਾਪਾਂ ਨੂੰ ਧੋਂਦੇ ਹਨ ਹੁਣ ਸਾਡੇ ਵਿੱਚ ਬਹੁਤ ਭਾਰੀ ਪਾਪਾਂ ਦਾ ਵਾਧਾ ਹੋ ਗਿਆ ਹੈ ਤੁਸੀਂ ਕਿਰਪਾ ਕਰਕੇ ਆਪਣੇ ਚਰਨ ਪਾਓ ਤੀਰਥਾਂ ਵਿੱਚ ਜਿਸ ਕਰਕੇ ਸਾਡੀ ਪਵਿੱਤਰਤਾ ਹੋਵੇ ਗੁਰਬਾਣੀ ਦੇ ਵਿੱਚ ਜਿਕਰ ਹੈ ਕਿ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਾਰਨ ਅਰਥਾ ਗੁਰੂ ਅਮਰਦਾਸ ਮਹਾਰਾਜ ਨੇ ਉਦਮ ਕੀਤਾ ਹੈ ਤੀਰਥਾਂ ਤੇ ਜਾ ਕੇ ਲੋਕਾਂ ਦੇ ਉਧਾਰ ਲਈ ਤੇ ਤੀਰਥਾਂ ਦੀ ਪਵਿੱਤਰਤਾ ਲਈ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿਲ ਵਿਖ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੌਰ ਗਵਾਈ ਗੁਰਬਾਣੀ ਦੇ ਬਚਨ ਹਨ ਤੋਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਨਾਲ ਬਖਸ਼ਿਸ਼ ਕੀਤੀ ਹੈ ਔਰ ਦੂਸਰਾ ਸੀ ਇਹ ਪੱਖ ਕਿ ਜਿਤਨੇ ਹਿੰਦੂ ਧਰਮ ਦੇ ਤੀਰਥ ਸਨ ਸੋ ਇਹਨਾਂ ਨੇ ਮੁਗਲੀਆਂ ਹਕੂਮਤ ਨੇ ਉਹਨਾਂ ਦੇ ਉੱਤੇ ਜਜ਼ੀਆ ਲਾਇਆ ਹੋਇਆ ਸੀ ਟੈਕਸ ਭਰਨਾ ਪੈਂਦਾ ਸੀ ਕਿਸੇ ਨੇ ਗੰਗਾ ਤੇ ਇਸ਼ਨਾਨ ਕਰਨਾ ਹੈ ਪੈਸੇ ਦੇ ਕੇ ਕਰਨਾ ਪੈਂਦਾ ਸੀ ਸਹਿਬ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਤੀਰਥਾਂ ਨੂੰ ਆਜ਼ਾਦ ਕਰਾਉਣ ਵਾਸਤੇ ਇਹ ਯਾਤਰਾ ਵੀ ਕੀਤੀ ਹੈ ਤੋਂ ਅਕਬਰ ਬਾਦਸ਼ਾਹ ਨੂੰ ਕਹਿ ਕਰਕੇ ਕਿ ਇਹ ਤੀਰਥਾਂ ਤੇ ਜਿਹੜਾ ਹੈ ਟੈਕਸ ਨਹੀਂ ਹੋਣਾ ਚਾਹੀਦਾ ਤੇ ਅਕਬਰ ਨੇ ਹੁਕਮ ਕਰ ਦਿੱਤਾ ਸੀ ਸੋ ਸਮਨਾਂ ਦਿੱਤਾ ਹੀ ਕਿ ਸਾਹਿਬ ਗੁਰੂ ਅਮਰਦਾਸ ਮਹਾਰਾਜ ਜਿੱਥੇ ਜਾਣ ਜਿਤਨੇ ਗੁਰੂ ਦੇ ਸਿੱਖ ਹੋਣ ਉਹਨਾਂ ਤੇ ਟੈਕਸ ਨਾ ਲੱਗੇ ਤੇ ਉਹਦਾ ਕਹਿੰਦੇ ਭਾਈ ਜਿਹੜਾ ਵੀ ਮੂਲ ਮੰਤਰ ਸੁਣਾ ਦੇਵੇ ਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲਵੇ ਉਹਨੂੰ ਜਿਹੜਾ ਹੈ ਟੈਕਸ ਮਾਫ ਇਸ ਤਰ੍ਹਾਂ ਦੇ ਨਾਲ ਯਾਦੋ ਸਾਰੀ ਦੁਨੀਆ ਸੋ ਸਤਗੁਰਾਂ ਦੇ ਮਗਰ ਹੋ ਤਰੀ ਤੇ ਜਿਹੜੇ ਟੈਕਸ ਟੈਕਸ ਲਾਉਣ ਵਾਸਤੇ ਬੈਠੇ ਸੀ ਗੋਲਕਾਰ ਆਕਰ ਕੇ ਤੇ ਜਿਹੜਾ ਕੋਈ ਮੂਲ ਮੰਤਰ ਸੁਣਾ ਦੇਵੇ ਤੇ ਕਹੇ ਮੈਂ ਗੁਰੂ ਦਾ ਸਿੱਖਾਂ ਅਸੀਂ ਤੀਰਥ ਯਾਤਰਾ ਕਰਨ ਆਏ ਗੁਰੂ ਦੇ ਨਾਲ ਤਾਂ ਉਸ ਵੇਲੇ ਨੇ ਨਿਖਿਆ ਹੈ ਕਿ ਜਾਗਾਤੀਆਂ ਮੋਹਣ ਮੁੰਦਣ ਪਈ ਬਾਣੀ ਵਿੱਚ ਜ਼ਿਕਰ ਹੈ ਭੀ ਉਹਨਾਂ ਦੇ ਮੂੰਹ ਬੰਦ ਹੋ ਗਏ ਕਿਸੇ ਨੂੰ ਕਹਿਣ ਕੀ ਹੁਣ ਤੇ ਭੰਨ ਬੋਲ ਕਾ ਸਭ ਉੱਠ ਗਿਆ ਆਪਣੀਆਂ ਗੋਲ ਕੰਮਗਾਰਾਂ ਭਨ ਕੇ ਉਥੋਂ ਸਾਰੇ ਉੱਠ ਗਏ ਵੀ ਹੁਣ ਟੈਕਸ ਕਦੇ ਕੋਣ ਲੈਣਾ ਹੈ ਸਾਰੇ ਤੇ ਗੁਰੂ ਨਾਨਕ ਦੇ ਗੁਰੂ ਅਮਰਦਾਸ ਦੇ ਸਿੱਖ ਬਣ ਗਏ ਨੇ ਈਉ ਮੇਰੇ ਸਾਹਬ ਗੁਰੂ ਜੀ ਨੇ ਤੀਰਥਾਂ ਨੂੰ ਅਜਾਦੀ ਵੀ ਦਵਾਈ ਹੈ ਪਵਿੱਤਰਤਾ ਵੀ ਕਾਇਮ ਕੀਤੀ ਹੈ ਗੁਰਸਿੱਖੀ ਦਾ ਪ੍ਰਚਾਰ ਵੀ ਕੀਤਾ ਹੈ ਬਾਣੀ ਨਾਲ ਕੀਰਤਨ ਨਾਲ ਭਜਨ ਸਿਮਰਨ ਦੇ ਨਾਲ ਸੰਗਤਾਂ ਨੂੰ ਜੋੜਿਆ ਸੋ ਸਤਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ ਜੋ ਪਹਿਵਾ ਸਮ ਅਸਥਾਨ ਹੈ ਸੋ ਇਸ ਹਰਿਆਣੇ ਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੰਗਤਾਂ ਸਮੇਤ ਉੱਥੇ ਪਹੁੰਚੇ ਹਨ ਜੋ ਕੁਝ ਕਥਾਵਾਂ ਪੁਰਾਣਾ ਆਦਿਕ ਵਿੱਚ ਚੱਲਦੀਆਂ ਨੇ ਉਹਨਾਂ ਅਨੁਸਾਰ ਤੋਂ ਕਵੀ ਜੀ ਜ਼ਿਕਰ ਕਰ ਰਹੇ ਨੇ ਉਸ ਅਸਥਾਨ ਦੀ ਮਹਾਨਤਾ ਕੀ ਹੈ ਕਿਉਂ ਪਵਿੱਤਰ ਮੰਨਿਆ ਜਾਂਦਾ ਹੈ ਇਸ ਪਹਿਵਾ ਅਸਥਾਨ ਜਿਹੜਾ ਹੈ ਉੱਥੇ ਸ੍ਰਿਸ਼ਟੀ ਦਾ ਪ੍ਰਵਾਹ ਮੰਨਿਆ ਜਾਂਦਾ ਹੈ ਤੋਂ ਜਿਸ ਤਰੀਕੇ ਦੇ ਨਾਲ ਕਹਿੰਦੇ ਦੱਖਣ ਦੇ ਇਲਾਕੇ ਤੋਂ ਰਿਸ਼ੀ ਮੁਨੀ ਇਕੱਠੇ ਹੋ ਕਰਕੇ ਤਪ ਕਰਨ ਵਾਸਤੇ ਆਏ ਸਨ ਤੇ ਇਹ ਜਿਹੜੀ ਸਰਸਤੀ ਨਦੀ ਸੀ ਇਹਦੇ ਧਿਆਨ ਕੇ ਤਪ ਕਰਨਾ ਚਾਹਿਆ 48 ਕੋਹਾਂ ਦੇ ਵਿੱਚ ਵਿਚਰੇ ਪਈ ਕਿਹੜੀ ਜਗ੍ਹਾ ਤੇ ਤਪ ਕਰੀਏ ਪਵਿੱਤਰ ਜਗ੍ਹਾ ਮਿਲੇ ਉਸ ਵੇਲੇ ਕਹਿੰਦੇ ਸਰਸਤੀ ਨੂੰ ਅਰਦਾਹ ਤੇ ਬੇਨਤੀ ਕੀਤੀ ਤਾਂ ਕਹਿੰਦੇ ਉਸ ਵੇਲੇ ਇਹ ਜਿਹੜੀ ਨਦੀ ਸੀ ਇਸ ਸਥਾਨ ਤੋਂ ਗੁਪਤ ਹੋ ਕਰਕੇ ਅੱਗੇ ਜਾ ਕਰਕੇ ਫਿਰ ਜਿਹੜੀ ਅਤਰਬੇਣੀ ਚ ਪ੍ਰਵੇਸ਼ ਕਰਦੀ ਹੈ ਉਹ ਜਗ੍ਹਾ ਰਿਸ਼ੀਆ ਮੁੰਨੀਆਂ ਦੇ ਤਪ ਕਰਨ ਵਾਸਤੇ ਦਿੱਤੀ ਹੈ ਉੱਥੇ ਤਪਸਵੀਆਂ ਨੇ ਤਪ ਕੀਤਾ ਇਸ ਪ੍ਰਕਾਰ ਤੋ ਕਹਿੰਦੇ ਸਾਰਿਆਂ ਦੀ ਗੱਲ ਤਾਂ ਕੀ ਦਸੀਏ ਇੱਕ ਤਪਸਵੀ ਦੀ ਗੱਲ ਤੁਹਾਨੂੰ ਸੁਣਾਉਨੇ ਆ ਉਹਨੇ ਕਿਹੋ ਜਿਹਾ ਤਪ ਕੀਤਾ ਇੱਥੇ ਤੇ ਤਪ ਕਰਕੇ ਹੀ ਇਸਥਾਨਾਂ ਦੀ ਪਵਿੱਤਰਤਾ ਹੁੰਦੀ ਹੈ ਤੋ ਜਿਸ ਤਰੀਕੇ ਦੇ ਨਾਲ ਉਹ ਜ਼ਿਕਰ ਹੋ ਰਿਹਾ ਹੈ ਪਿਆਰਪੂਰਵਕ ਸਰਵਣ ਕਰੀਏ ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁੱਖ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਸਭ ਕੀ ਕਥਾ ਕਹਾਂ ਲੱਗ ਕਹਿ ਸਾਰੇ ઋਸ਼ੀਆਂ ਮੁਨੀਆਂ ਦੇ ਤਪ ਦੀ ਕਥਾ ਤਾਂ ਕੀ ਕਹੀਏ ਸੁਣੀ ਇਹ ਇੱਕ ਮਨ ਕੀ ਜਿਮ ਅਹ ਜਿਸ ਤਰ੍ਹਾਂ ਇੱਕ Muni ਦੇ ਤਪ ਦੀ ਗੱਲ ਹੈ ਉਹਨੂੰ ਸੁਣ ਲਵੋ ਜੀ ਅਹਪ ਹੋਏ ਤੇ ਤ੍ਰੈ ਕੋਸ਼ ਭੇਮ ਸਾਮ ਤੋਂ ਤਿੰਨ ਕੋਹਾਂ ਦੀ ਬਿਠ ਤੇ ਉਹ ਸਥਾਨ ਹੈ ਇੱਕ ਮੰਕਨ ਮਨ ਹਤੋ ਅਦੋਸ ਇੱਕ ਬੜਾ ਸ਼ੁੱਧ ਮਨ ਵਾਲਾ ਇੱਕ ਮੰਕਨ Muni ਹੋਇਆ ਇਹ ਪ੍ਰਾਣਾ ਵਿੱਚ ਇਹਦਾ ਨਾਮ ਹੈ ਮੰਕਨ ਮੁਨੀ। ਤੋਂ ਉਹਨੇ ਕਹਿੰਦੇ ਉੱਥੇ ਤਪ ਕੀਤਾ ਹੈ। ਮਹਾ ਬਿਖਮ ਤਪ ਘਾਲਿ ਉਤਾਹੂ। ਉਸਨੇ ਬੜਾ ਭਾਰੀ ਸੋ ਕਠਨ ਤਪੱਸਿਆ ਕੀਤੀ ਹੈ ਇੱਥੇ। ਤੀਰ ਸਰਵਸਤੀ ਕੇਰ ਪ੍ਰਵਾਹੂ। ਤੋਂ ਸਵਸਤੀ ਨਦੀ ਦੇ ਪ੍ਰਵਾਹ ਦੇ ਕਿਨਾਰੇ ਦੇ ਉੱਤੇ ਤਪ ਸਾਧਿਆ। ਸੁਧਾ ਤ੍ਰਿਖਾ ਸਹਿ ਕਠਨ ਕਰਾਲਾ। ਤੋਂ ਤਪ ਤਪ ਦਾ ਮਕਸਦ ਹੈ। ਭੁੱਖ ਪਿਆਸ ਆਦਿਕ ਜੜਾ ਹੈ। ਸੋ ਭਾਰੀ ਇਹ ਸੋ ਦੁੱਖ ਸਹਾਰਨਾ ਇਸ ਦੇ ਤਾਈਂ ਬਰਖਾ ਸੀਤ ਉਸਨ ਤਨ ਝਾਲਾ ਕਦੇ ਬਰਖਾ ਪੈਂਦੀ ਐ ਕਦੇ ਠੰਡ ਕਦੇ ਗਰਮੀ ਇਹ ਸਾਰਾ ਸਰੀਰ ਤੇ ਸਹਾਰਿਆ ਆਬ ਕੋਈ ਉਸਨੇ ਸੋ ਆਸਰਾ ਨਹੀਂ ਬਣਾਇਆ ਕੋਈ ਕੁੱਲੀ ਝੁੰਗੀ ਜਾਂ ਮਕਾਨ ਆਦਕ ਨਹੀਂ ਬਣਾਇਆ ਇਸੇ ਤਰ੍ਹਾਂ ਹੀ ਬੈਠ ਕੇ ਤਪ ਸਾਧਿਆ ਸੀ ਉਸਨੇ ਬਹੁਤ ਬਰਖ ਐਸੋ ਤਪ ਸਾਧਿਓ ਬਹੁਤ ਵਰਸ਼ਾਂ ਸਾਲਾਂ ਤੱਕ ਅਸੀ ਤਪੱਸਿਆ ਦਾ ਸਾਧਨ ਕੀਤਾ ਉਸਨੇ ਸਰਬਉਤਮ ਪਦ ਲੈਣ ਅਰਾਧੇਉ ਤੇ ਮਨ ਵਿੱਚ ਉਸਨੇ ਇਹ ਭਾਵਨਾ ਸੀ ਕਿ ਸਭ ਤੋਂ ਉਤਮ ਪਦਵੀ ਜੋ ਹੈ ਮੈਨੂੰ ਪ੍ਰਾਪਤ ਹੋਵੇ ਇੱਕ ਦਿਸ ਕਿਮ ਆਗੁਰ ਆਗੁਰ ਚੀਰਾ ਇੱਕ ਦਿਨ ਐਸਾ ਹੋਇਆ ਕਿਸੇ ਕਾਰਨ ਕਰਕੇ ਇਹਦੀ ਉਂਗਲੀ ਵਿੱਚ ਚੀਰ ਆ ਗਿਆ ਰੁਦਰ ਨਹੀਂ ਨਿਕਸਿ ਤਿਸ ਪੀਰਾ ਉਹਦੇ ਵਿੱਚੋਂ ਖੂਨ ਨਹੀਂ ਨਿਕਲਿਆ ਜਿਵੇਂ ਸਾਡੇ ਸੋ ਅੰਗਾਂ ਵਿੱਚੋਂ ਨਿਕਲਦਾ ਹੈ ਹਰਤ ਪਤਰ ਤੇ ਰਸ ਤਸ ਨਿਕਸਾ ਉਹਦੇ ਸਰੀਰ ਦੇ ਵਿੱਚੋਂ ਜਿਵੇਂ ਹਰੇ ਪੱਤਿਆਂ ਦੇ ਵਿੱਚੋਂ ਰਸ ਨਿਕਲਦਾ ਹੈ ਹਰਾ ਪੱਤਾ ਦਰਖਤੋਂ ਤੋੜੀਏ ਜਿਹੋ ਜਿਹਾ ਰਸ ਉਹੋ ਜਿਹਾ ਕਹਿੰਦੇ ਉਸ ਦੇ ਸੋ ਉਂਗਲੀ ਦੇ ਵਿੱਚੋਂ ਰਸ ਨਿਕਲਿਆ ਹੈ ਜਿਸ ਕੋ ਦੇਖ ਮੁਨੀ ਬਹੁ ਬਿਗਸਾ ਉਹਨੂੰ ਵੇਖ ਕਰਕੇ ਮੁਨੀ ਬਹੁਤ ਖੁਸ਼ ਹੋਇਆ ਐਸੋ ਤਪ ਮੈਂ ਤਪਿਓ ਵਿਸਾਲ ਭਈ ਐਹੋ ਜਿਹਾ ਮੈਂ ਮਹਾਨ ਤਪ ਸਾਧਿਆ ਹੈ ਜਿਸ ਤੇ ਤਨ ਮਹਿ ਰੁਦਰ ਨਾ ਚੱਲ ਜਿਸ ਕਰਕੇ ਮੇਰੇ ਸਰੀਰ ਵਿੱਚ ਕਹਿੰਦੇ ਖੂਨ ਨਹੀਂ ਚੱਲ ਰਿਹਾ ਹੁਣ ਜਥਾ ਹਰਤ ਦਲ ਕੋ ਰਸ ਹੋਏ ਜਿਵੇਂ ਦਰਖਤਾਂ ਦੇ ਹਰੇ ਪੱਤਿਆਂ ਦਾ ਰਸ ਹੁੰਦਾ ਜੀਵੇ তথা ਸਰੀਰ ਵਿਖੇ ਮਮ ਜੋਏ ਉਸੇ ਤਰ੍ਹਾਂ ਕਹਿੰਦੇ ਮੇਰੇ ਸਰੀਰ ਦੇ ਵਿੱਚ ਦਰਖਤਾਂ ਵਰਗਾ ਰਸ ਜਿਹੜਾ ਉਹ ਚੱਲ ਰਿਹਾ ਹੈ ਕਿਮ ਮਨ ਜਾਨ ਅਦਕ ਉਤਸ਼ਾਹ ਇਹੋ ਜਾਣ ਕਰਕੇ ਇਸ ਨੂੰ ਆਪਣੇ ਤਪ ਦੇ ਉੱਤੇ ਬੜਾ ਮਾਣ ਹੋਇਆ ਬਹੁਤ ਉਤਸ਼ਾਹ ਦੇ ਖੁਸ਼ੀ ਦੇ ਨਾਲ ਹੋਇਆ ਹੈ ਭਈ ਓ ਧਨ ਮੈਂ ਅਸ ਤਪ ਮਾਹ ਤੇ ਮਨ ਦੇ ਵਿੱਚ ਖੁਸ਼ੀ ਵੀ ਮੈਂ ਹੁਣ ਧਨ ਹੋ ਗਿਆ ਇੰਨਾ ਵੱਡਾ ਮੇਰਾ ਤਪ ਹੈ ਕਿ ਮੇਰੇ ਸਰੀਰ ਵਿੱਚੋਂ ਖੂਨ ਵੀ ਨਹੀਂ ਰਿਹਾ ਦਰਖਤਾਂ ਵਰਗਾ ਜਿਹੜਾ ਹਰਾ ਹਰੇ ਪੱਤੇਆਂ ਵਰਗਾ ਜਿਹੜਾ ਰਸ ਹੈ ਉਹ ਚੱਲਦਾ ਹੈ ਉੱਠ ਕਰ ਲੱਗਿਓ ਨਾਚ ਬੇਸੋ ਇਸ ਖੁਸ਼ੀ ਵਿੱਚ ਕਹਿੰਦੇ ਨੇ ਉੱਠ ਕਰਕੇ ਨੱਚਣ ਲੱਗ ਪਿਆ ਉਹ ਭੁਜਾ ਉਸਾਰਤ ਊਚੇ ਹੋ ਤੋ ਬਮ ਉੱਚੀਆਂ ਕਰਦਾ ਹੈ ਉੱਚਾ ਹੋ ਹੋ ਕੇ ਨੱਚਦਾ ਹੈ ਪਾਇਨ ਕੀ ਗਤ ਕਰ ਕਰ ਨੱਚ ਹੈ ਤੋ ਆਪਣੇ ਪੈਰਾਂ ਦੀ ਗਤੀ ਕਰ ਕਰਕੇ ਬੜਾ ਨੱਚਦਾ ਹੈ ਇਹ ਅਨੰਦ ਬਿਲੰਦ ਵਿਖੇ ਮਨ ਮੱਚ ਹੈ ਇਸ ਪ੍ਰਕਾਰ ਬੜੇ ਭਾਰੀ ਆਨੰਦ ਵਿੱਚ ਇਸ ਦਾ ਮਨ ਰੁਚਿਆ ਹੋਇਆ ਟਿਕਿਆ ਹੋਇਆ ਇਸ ਤੇ ਤਪ ਪ੍ਰਭਾਵ ਕੇ ਸੰਗ ਇਸ ਦੇ ਤਪੱਸਿਆ ਦੇ ਕਰਕੇ ਸਭ ਜਗ ਨਾਚਣ ਲੱਗਿਓ ਉਮੰਗ ਸਾਰੇ ਲੋਕ ਉਤਸ਼ਾਹ ਨਾਲ ਨੱਚਣ ਲੱਗ ਪਏ ਭੁੱਲ ਗਏ ਸੁੱਧ ਸਭ ਵਿਵਹਾਰ ਵਿਵਹਾਰਾਂ ਦੀ ਗੱਲ ਨਹੀਂ ਭੁੱਲ ਗਏ ਕਹਿੰਦੇ ਸਾਰੀ ਦੁਨੀਆ ਕਹਿੰਦੇ ਨੱਚਣ ਲੱਗ ਪਈ ਨੱਚ ਸਭ ਜਗ ਅੰਗ ਸੁਧਾਰ ਅੰਗਾਂ ਨੂੰ ਸੁਧਾਰ ਕਰਕੇ ਸਾਰੇ ਹੀ ਇਸ ਪ੍ਰਕਾਰ ਨੱਚਣ ਲੱਗ ਗਏ ਹਨ ਅਸ ਅਨੀਤ ਪਿਖ ਦੇਵ ਦੁਖਾਰੇ ਹੁਣ ਇਹ ਜਣੀ ਆ ਨੀਤੀ ਚੰਗੀ ਨਹੀਂ ਸਾਰੇ ਦੇਵਤੇ ਦੁਖੀ ਹੋ ਗਏ ਕਿ ਸਾਰੀ ਸ੍ਰਿਸ਼ਟੀ ਦੀ ਮਰਜ਼ਾ ਦਾ ਜਿਹੜੀ ਨੇ ਬਦਲ ਦਿੱਤੀ ਹੈ ਸਰਨ ਸੰਭੂ ਕੀ ਸਕਲ ਸਧਾਰੇ ਤਾਂ ਦੇਵਤੇ ਜਿਹਨੇ ਸੀ ਸ਼ਿਵਜੀ ਭਗਵਾਨ ਦੀ ਸ਼ਰਨ ਵਿੱਚ ਗਏ ਹਨ ਸ਼ੰਕਰ ਕਰਹੁ ਕਿਰਪਾ ਪਿਖ ਜਗ ਕੋ ਹੇ ਸ਼ੰਕਰ ਜੀ ਤੁਸੀਂ ਕਿਰਪਾ ਕਰੋ ਸੰਸਾਰ ਦੀ ਹਾਲਤ ਵੇਖੋ ਕੀ ਹੈ ਭੁੱਲ ਗਏ ਸੁਧ ਨਾਚਨ ਲੱਗ ਕੋ ਸਾਰੀ ਖਬਰ ਭੁੱਲ ਕਰਕੇ ਨੱਚਣੇ ਲੱਗੇ ਸਾਰੇ ਤਪ ਪਰਭਾਵ ਰਖ ਕੇਰ ਵਿਸਾਲ ਇਸ ਰਖੀ ਦੇ ਤਪ ਦਾ ਪ੍ਰਭਾਵ ਜਾਣ ਕਰਕੇ ਅਪਰੰਤੇ ਨਾ ਹਟੇ ਇਸ ਕਾਲਾ ਹੁਣ ਹੋਰ ਕਿਸੇ ਦੇ ਕੋਲੋਂ ਇਹਨਾਂ ਲੋਕਾਂ ਨੇ ਹਟਣਾ ਨਹੀਂ ਇਹ ਰਿਸ਼ੀ ਨੇ ਵੀ ਨਹੀਂ ਹਟਣਾ ਹੈ ਕਰਵ ਉਪਾਪ ਆਪ ਅਬ ਕੋਈ ਹੁਣ ਆਪ ਐਸੀ ਕਿਰਪਾ ਕਰ ਕੇ ਕੋ ਯਤਨ ਕਰੋ ਜਿਸ ਤੇ ਜਗਤ ਸਥਿਰਤਾ ਹੋਈ ਜਿਸ ਕਰਕੇ ਇਹ ਲੋਕ ਸੰਸਾਰ ਦੇ ਟਿਕ ਜਾਣ ਆਪਣੇ ਕਾਰ ਬਿਹਾਰਾਂ ਵਿੱਚ ਸੁਨੇ ਸੁਰਨ ਕੀ ਬਿਨ ਮਹਾਨੀ ਮਹਾਨ ਬੇਨਤੀ ਜਣੋ ਦੇਵਤਿਆਂ ਦੀ ਸੁਣੀਐ ਸ਼ੰਕਰ ਕਰ ਬੇਚਾਰ ਸੁਖਦਾਨੀ ਤੋਂ ਬੜਾ ਭਾਰੀ ਇਸ ਕਹਿੰਦੇ ਭਗਵਾਨ ਸ਼ੰਕਰ ਨੇ ਕਹਿੰਦੇ ਉਸਨੇ ਵਿਚਾਰ ਕੀਤਾ ਮਨ ਕੇ ਮਨ ਕੋ ਲੱਖ ਉਤਸ਼ਾਹ ਦੇਖਿਆ ਪੀਏ ਜਿਹੜਾ मुनि ਹੈ ਸੋ ਉਸ ਪ੍ਰਕਾਰ ਉਹਦੇ ਮਨ ਦਾ ਉਤਸ਼ਾਹ ਜਾਣ ਕੇ ਤਿਸੇ ਨਿਵਾਰਨ ਕੋ ਚਿਤ ਚਾਹ ਚਿਤ ਵਿੱਚ ਇਉਂ ਇੱਛਾ ਕੀਤੀ ਹੈ ਸ਼ਿਵ ਜੀ ਨੇ ਇਹਦੇ ਮਨ ਦਾ ਹੰਕਾਰ ਨਿਵਰਤ ਕਰੀਏ ਅਪਰਵੇਖ ਕੋ ਧਰ ਗੋਰੀ ਸਾ ਇਸ ਪ੍ਰਕਾਰ ਸੋ ਗਉਣੀ ਪਾਰਬਤੀ ਦਾ ਘਰ ਵਾਲਾ ਜੋ ਸ਼ਿਮਝੀ ਹੈ ਇਹਨੇ ਫਿਰ ਹੋਰ ਰੂਪ ਧਾਰਿਆ ਆਵਤ ਭਾਜਹਿ ਤੁਮਨੀਸਾ ਜਿੱਥੇ ਇਹ ਸੋ ਇਸ ਪ੍ਰਕਾਰ Muni ਸੀ ਉਹਦੇ ਕੋਲ ਚਲਾ ਗਿਆ ਨਿਕਟ ਹੋਏ ਕਰ ਬੂਜਨ ਕੀਨਾ ਨੇੜੇ ਹੋ ਕਰਕੇ ਤੇ ਪੁੱਛਿਆ ਇਸ Muni ਨੂੰ ਕਿਉਂ ਨਾਚ ਤੈ ਕਿਆ ਚਤ ਚੀਨਾ ਬਹੀ ਤੇਰੇ ਤੂੰ ਚਿਤ ਵਿੱਚ ਕੀ ਜਾਣਿਆ ਹੈ ਕਿਉਂ ਨੱਚੀ ਜਾਂਦਾ ਤੂੰ ਕਿਆ ਆਸੈ ਅਸ ਤਵ ਮਨ ਅਹੇ ਤੇਰੇ ਮਨ ਵਿੱਚ ਕੀ ਸਿਧਾਂਤ ਹੈ ਇਹੋ ਜਿਆ ਜਿਸ ਤੇ ਨਿਤ ਹੀ ਨਾਚਤ ਰਹੇ ਜਿਸ ਕਰਕੇ ਨਿਤ ਤੂੰ ਨੱਚਦਾ ਹੀ ਰਹਿੰਦਾ ਹੈ ਸੁਨ ਮੰਕਨ ਨੇ ਬਾਕ ਬਖਾਨਾ ਇਸ ਮੰਕਨ मुनि ਨੇ ਤੂੰ ਗੱਲ ਸੁਣ ਕੇ ਤੇ ਜਵਾਬ ਦਿੱਤਾ ਮੈਂ ਇਹ ਠਾਂ ਤਪ ਤਪਿਓ ਮਹਾਨ ਮੈਂ ਬੜਾ ਭਾਰੀ ਇੱਥੇ ਤਪ ਸਾਧਿਆ ਹੈ ਇੱਕ ਦਿਨ ਚੀਰ ਅੰਗਰੀ ਆਵਾ ਇੱਕ ਦਿਨ ਮੇਰੀ ਉਂਗਲੀ ਵਿੱਚ ਚੀਰਾ ਆ ਗਿਆ ਸੀ ਹਰਤ ਪੱਤਰ ਰਸ ਸਾਮ ਨਿਕਸਾਵਾ ਹਰੇ ਪੱਤਿਆਂ ਵਰਗਾ ਰਸ ਜਿਹੜਾ ਮੇਰੇ ਸਰੀਰ ਵਿੱਚੋਂ ਨਿਕਲਿਆ ਹੈ ਨਹੀਂ ਰੁਦਰ ਪੀ ਦੇਹ ਮਝਾਰਾ ਤੇ ਮੈਂ ਜਾਣਿਆ ਕਿ ਮੇਰੇ ਸਰੀਰ ਵਿੱਚ ਹੁਣ ਖੂਨ ਨਹੀਂ ਹੈ ਜਾਂ ਤੇ ਭਾ ਮੁਝ ਹਰਖ ਅਪਾਰਾ ਇਸ ਲਈ ਮੈਨੂੰ ਖੁਸ਼ੀ ਬਹੁਤ ਹੋਈ ਨਹੀਂ ਸਮਾਵਤ ਹੈ ਚਿਤ ਮਾਹੀ ਇਹ ਖੁਸ਼ੀ ਕਹਿੰਦੇ ਮੇਰੇ ਚਿੱਤ ਵਿੱਚ ਹੁਣ ਸਮਾਉਂਦੀ ਨਹੀਂ ਹੈ ਮੈਂ ਟੇਕੇ ਨਹੀਂ ਬਹਿ ਸਕਦਾ ਨਾ ਚਿਤ ਰਹੋਂ ਹੇਤ ਲਖ ਜਾਹੀ ਇਸ ਨੂੰ ਜਾਣ ਕਰਕੇ ਮੈਂ ਨੱਚਦਾ ਹੀ ਰਹਿੰਦਾ ਹਾਂ ਸੁਨ ਸੇਵਨੇ ਨਿਜ ਉਂਗਰੀ ਚੀਰੀ ਉਹ ਕਹਿੰਦੇ ਨੇ ਫਿਰ ਸ਼ਿਵਜੀ ਨੇ ਜਿਹੜਾ ਰੂਪ ਧਾਰਿਆ ਸੀ ਉਹਨੇ ਫਿਰ ਆਪਣੀ ਉਂਗਲੀ ਨੂੰ ਚੀਰਾ ਦੇ ਕੇ ਦਿਖਾਇਆ ਇਸ ਨੂੰ ਨਿਕਸੀ ਭਸਮ ਪਰਿ ਤਸ ਤੀਰੀ ਉਸ ਮਿਲਨੇ ਕਹਿੰਦੇ ਨੇ ਉਸ ਉਂਗਲੀ ਨੂੰ ਚੀਰਾ ਦਿੱਤਾ ਤੇ ਉਹਦੇ ਵਿੱਚੋਂ ਸਵਾਹ ਨਿਕਲੀ ਐਸ ਅਰਚੀ ਦਾ ਹੰਕਾਰ ਤੋੜਨ ਵਾਸਤੇ ਸ਼ਿਵ ਜੀ ਨੂੰ ਇਹ ਕੰਮ ਕਰਨਾ ਪਿਆ ਕਹੋ ਦੇਖ ਤਪ ਹੋਵਤ ਐਸੋ ਕਹਿੰਦੇ ਦੇਖ ਤੂੰ ਐਨੇ ਕ ਤਪ ਤੇ ਖੁਸ਼ ਹੈ ਆ ਦੇਖ ਮੇਰਾ ਤਪ ਕਹਿੰਦੇ ਇਹੋ ਜਿਹਾ ਤਪ ਹੁੰਦਾ ਕਿ ਮੇਰੇ ਸਰੀਰ ਤੋਂ ਤੇ ਦਰਖਤਾਂ ਹਰੇ ਪੱਤਿਆਂ ਵਰਗਾ ਰਸ ਨਿਕਲਦਾ ਦੇਖ ਕੇ ਖੁਸ਼ ਹੈ ਕਹਿੰਦਾ ਆ ਦੇਖੋ ਮੇਰੇ ਤਸਰੀਰ ਦੇ ਵਿੱਚੋਂ ਸੁਆਹ ਨਿਕਲਦੀ ਐ ਮੈਂ ਤਾਂ ਤੇਰੇ ਵਾਂਗੂ ਨੱਚਦਾ ਨਹੀਂ ਹਾਂ ਕਰਿ ਉਦਖਾਪਣ ਕੋ ਅਬ ਜੈਸੋ ਤੋ ਜਿਸ ਤਰੀਕੇ ਨਾਲ ਤੈਨੂੰ ਮੈਂ ਦਿਖਾਇਆ ਇਉਂ ਤਪ ਹੁੰਦਾ ਹੈ ਅਪਰ ਅੰਸ਼ ਕੁਛ ਰਹੀ ਨਾ ਤਨ ਮੈਂ ਸਰੀਰ ਵਿੱਚ ਕੋਈ ਵੀ ਅੰਸ਼ ਨਹੀਂ ਰਹੀ ਹੁਣ ਪੀਵਤ ਭਸਮ ਰਹਿਓ ਨਿਤ ਬਨ ਮੈਂ ਮਨ ਵਿੱਚ ਰਹਿ ਕਰਕੇ ਜੰਗਲ ਵਿੱਚ ਤੇ ਮੈਂ ਸਵਾਹ ਸਰੀਰ ਤੇ ਮਲੇ ਸਵਾਹ ਪੀਂਦਾ ਰਹਾ ਜਤ ਸਭ ਸਰੀਰ ਕੇ ਮਾਹੀ ਇਹ ਸਵਾਹ ਤੇ ਮੇਰੇ ਸਾਰੇ ਸਰੀਰ ਦੇ ਵਿੱਚ ਹੀ ਬਿਨਾ ਭਸਮ ਸਰੋਨਤ ਕਿਤ ਨਹੀਂ ਭਸਮ ਤੋਂ ਸਵਾਹ ਤੋਂ ਬਿਨਾ ਕਹਿੰਦੇ ਖੂਨ ਹੈ ਹੀ ਨਹੀਂ ਕਿਤੇ ਵੀ ਤਉ ਨ ਮੁਝ ਅਸ ਆਨੰਦ ਆਵਾ ਤੇ ਮੈਨੂੰ ਫਿਰ ਵੀ ਇੰਨਾ ਹੰਕਾਰ ਨਹੀਂ ਆਇਆ ਜਿਵੇਂ ਤੂੰ ਖੁਸ਼ ਵਿੱਚ ਨੱਚਦਾ ਹੈ ਜਸ ਤੂੰ ਦੇਖ ਰਦੇ ਗਰਵਾਵਾ ਜਿਉ ਤੂੰ ਦੇਖ ਕਰਕੇ ਆਪਣੇ ਮਨ ਵਿੱਚ ਹੰਕਾਰੀ ਹੋਇਆ ਆਮ ਤੌਰ ਤੇ ਤਪਸਵੀ ਲੋਕ ਜਦੋਂ ਤਪਸ ਆਧਦੇ ਤੇ ਇਹ ਹਉਮੈ ਆਈ ਜਾਇਆ ਕਰਦੀ ਪਰ ਮੇਰੇ ਧੰ ਸਤਿਗੁਰੂ ਜੀ ਦੀ ਬਾਣੀ ਵਿੱਚ ਗੁਰੂ ਸਾਹਿਬ ਦੇ ਸਿਧਾਂਤ ਵਿੱਚ ਸੋ ਭਜਨ ਸਿਮਰਨ ਨਿਤਨੇਮ ਸਤ ਸੰਗ ਜਿਹੜਾ ਹੈ ਤੇ ਉਹਦੇ ਨਾਲ ਹੀ ਆਨੰਦ ਪ੍ਰਾਪਤ ਹੁੰਦਾ ਹੈ ਸੁਨੇ ਬਾਕ ਅਰ ਨੈਨ ਨਿਹਾਰਿਓ ਤੂੰ ਜਿਸ ਵੇਲੇ ਬਚਨ ਵੀ ਸੁਣ ਲੈਨੇ ਤੇ ਨੇਤrana ਨਾਲ ਤੱਕ ਵੀ ਲਿਆ ਹੈ ਵੀ ਤਪ ਕਿਦਾਂ ਦਾ ਹੁੰਦਾ ਹੈ ਮਨ ਮੰਕਨ ਚਿਤ ਚਾਉ ਨਿਵਾਰਿਓ ਤੋ ਮੰਕਨ मुनि ਦਾ ਹੰਕਾਰ ਜਿਹੜਾ ਉਹ ਚਾ ਚੜਿਆ ਸੀ ਨਾ ਉਹਨੂੰ ਨਿਵਰਤ ਕਰ ਦਿੱਤਾ ਸ਼ਿਵ ਜੀ ਨੇ ਖਟਿਓ ਨਾਚ ਬੇ ਤੇਜਗ ਸ਼ਾਂਤੀ ਤੋ ਕਹਿੰਦੇ ਉਹ ਨੱਚਣ ਤੋਂ ਜਦੋਂ ਹਟਿਆ ਤੇ ਸੰਸਾਰ ਸ਼ਾਂਤ ਹੋ ਗਿਆ ਇਸ ਪ੍ਰਕਾਰ ਮਨ ਭਏ ਸੰਗਾਤੀ ਇਸ ਤ੍ਰੀ ਕਹਿੰਦੇ ਕਹਿੰਦੇ ਉਹਦੇ ਨਾਲ ਦੇ मुਨੀਆਂ ਦਾ ਵਾ ਇਹੋ ਜਿਹਾ ਤਪ ਸੀ ਇਹਨੂੰ ਤਪੱਸਵੀਆਂ ਹੁੰਦੀ ਸਾਧਨਾ ਆਦਕ ਜਿਵੇਂ ਪੁਰਾਣਾ ਦੇ ਵਿੱਚ ਕਥਾ ਆਦਕਾ ਹਨ ਉਹਨਾਂ ਦਾ ਜ਼ਿਕਰ ਕਰਦੇ ਨੇ ਕਵੀ ਜੀ ਤਿੰਨ ਕੇ ਤਪ ਕਰ ਬੇ ਇਸਥਾਨ ਤਾਂ ਉਹਨਾਂ ਦਾ ਕਹਿੰਦੇ ਇਹ ਭਾਵ ਕੀ ਹੈ ਕਿ ਤੀਰਥ ਤੀਰਥ ਦਾ ਭਾਵ ਇਉਂ ਦੱਸਿਆ ਹੈ ਤੀਰ ਨਾਮ ਹੈ ਕਿਨਾਰੇ ਦਾ ਥਾਂ ਮੈਨੇ ਥਾਂ ਭਈ ਜਿਤਨੇ ਵੀ ਚਾਹੇ ਸਰੋਵਰ ਨੇ ਚਾਹੇ ਨਦੀਆਂ ਆਦ ਕਹਨ ਸੋ ਇਸ ਪ੍ਰਕਾਰ ਜਿਹੜਾ ਉਹਨਾਂ ਦਾ ਕਿਨਾਰਾ ਤੀਰਥ ਕਿਉਂਕਿ ਜਿਤਨੇ ਤਪਸ਼ਮੀ ਲੋਕ ਸਨ ਜਲ ਦੀ ਲੋੜ ਸੀ ਜਲ ਦੇ ਕਿਨਾਰੇ ਹੀ ਬੈਠ ਕਰਕੇ ਤਪ ਸਾਧਿਆ ਕਰਦੇ ਇਸ ਵਾਸਤੇ ਜੋ ਉਹਨਾਂ ਨੇ ਭਜਨ ਸਿਮਰਨ ਕੀਤਾ ਸੋ ਕਿਨਾਰਿਆਂ ਤੇ ਬੈਠ ਬੈਠ ਕਰਕੇ ਜਲ ਦੇ ਕਿਨਾਰਿਆਂ ਤੇ ਤੇ ਉਹਨਾਂ ਦੇ ਭਜਨ ਸਿਮਰਨ ਕਰਕੇ ਤੇ ਉਹ ਜਗ੍ਹਾ ਪਵਿੱਤਰ ਹੋਈਆਂ ਇਸ ਵਾਸਤੇ ਉਹਨਾਂ ਦਾ ਨਾਮ ਪਿਆ ਗਿਆ ਧੀਰਤ ਭਈ ਉਹ ਪਵਿੱਤਰ ਥਾਂ ਜਿਹੜੇ ਕਿਨਾਰੇ ਨੇ ਜਿੱਥੇ ਭਜਨ ਸਿਮਰਨ ਕੋਈ ਬੰਦਗੀ ਹੋਈ ਹੈ ਤਾਹੀਂ ਭਗ ਜੀ ਨੇ ਸਵਾਲ ਕੀਤਾ ਕਿ ਮੀਰ ਜੀ ਨੇ ਤੀਰਥ ਵੱਡਾ ਕਿ ਹਰ ਕਾ ਅੰਦਾਸ ਭਈ ਹੁਣ ਤੀਰਥ ਵੱਡਾ ਕਹੀਏ ਕਿ ਪਰਮੇਸ਼ਵਰ ਦਾ ਸੇਵਕ ਜਿੰਨੇ ਉੱਥੇ ਭਜਨ ਕੀਤਾ ਪਰਮੇਸ਼ਵਰ ਦੇ ਭਜਨ ਕਰਨ ਵਾਲਿਆਂ ਕਰਕੇ ਹੀ ਤੀਰਥ ਬਣੇ ਨੇ ਵੱਡੇ ਉਹ ਹਨ ਤੋਂ ਇਸ ਵਾਸਤੇ ਇਤ ਪਸ਼ਮੀ ਲੋਕਾਂ ਦਾ ਇਸ ਤਰੀਕੇ ਦੇ ਨਾਲ ਜ਼ਿਕਰ ਹੋ ਰਿਹਾ ਹੈ ਭਏ ਅਦਿਕ ਪਾਵਨ ਮਨ ਜਾਨ ਤੋ ਇਸ ਪ੍ਰਕਾਰ ਤਪੱਸਿਆ ਕਰਕੇ ਬੜੇ ਮਨ ਕਰਕੇ ਪਵਿੱਤਰ ਹੋਏ ਕਰਹਿ ਇਸ਼ਨਾਨ ਸੋ ਹੋਏ ਪੁਨੀਤ ਹੋ ਇਸ ਸ੍ਰਸਤੀ ਨਦੀ ਵਿੱਚ ਇਸ਼ਨਾਨ ਕਰਦੇ ਤੇ ਇੱਥੇ ਤਪੱਸਿਆ ਕਰਦੇ ਸਨ ਪਵਿੱਤਰ ਹੋਏ ਇਮ ਪ੍ਰਸੰਗ ਸੁਣ ਕੇ ਸੋਭ ਰੀਤ ਜਿਉਂ ਸੋਹਣੇ ਤਰੀਕੇ ਨਾਲ ਪ੍ਰਸੰਗ ਸੁਣਿਆ ਸਭ ਨਾ ਨੇ ਸੰਗਤ ਭਈ ਹਰਖ ਕਰ ਨਮੋ ਤੋ ਬਹੁਤ ਗੁਰੂ ਸਾਹਿਬ ਨੂੰ ਨਮਸਕਾਰਾਂ ਕਰਦੀ ਆ ਖੁਸ਼ੀ ਹੋਈ ਸੰਗਤਾਂ ਨੂੰ ਸਾਰਸਤੀ ਮੱਜੇ ਤਿਸ ਤਿਸ ਸਮੂ ਤੋ ਸੰਗਤਾਂ ਨੇ ਵੀ ਭਾਈ ਇਸ਼ਨਾਨ ਕੀਤਾ ਹੈ ਸ੍ਰੀ ਗੁਰ ਅਮਰਕੀਨ ਇਸ਼ਨਾਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਵੀ ਇਸ਼ਨਾਨ ਕਰਕੇ ਤੀਰਥ ਨੂੰ ਪਵਿੱਤਰਤਾ ਬਖਸ਼ਿਸ਼ ਕੀਤੀ ਹੈ ਮਿਲੇ ਬਿਪਰ ਤਿੰਨ ਦੀਨਸ ਦਾਨ ਉੱਥੇ ਬਣੇ ਸੋ ਆਮ ਤੌਰ ਤੇ ਬਿਪਰਾਂ ਦਾ ਜੇਕਰ ਆਉਂਦਾ ਬ੍ਰਾਹਮਣ ਪਰ ਕੋਈ ਸੋ ਗਰੀਬ ਨੇ ਫਕੀਰ ਨੇ ਸੋ ਜਾਤੀ ਵਰਣ ਆਦ ਨੂੰ ਛੱਡ ਕਰਕੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਦਾਨ ਕਰਿਆ ਕਰਦੇ ਗਰੀਬਾਂ ਦਾ ਭਲਾ ਕਰਿਆ ਕਰਦੇ ਓ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਉਥੇ ਇੱਕ ਨਿਸਾ ਬਸ ਤਹਾ ਬਿਤਾਈ ਇੱਕ ਰਾਤ ਉਥੇ ਰਹਿ ਕਰਕੇ ਮੇਰੇ ਸਤਿਗੁਰੂ ਜੀ ਨੇ ਰਾਤ गुਜ਼ਾਰੀ ਐ ਉੱਠੇ ਪ੍ਰਾਤ ਕੀਰਤਨ ਧੁਨ ਗਾਈ ਥੋ ਜਦੋਂ ਸਵੇਰ ਹੋਈ ਐ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੋ ਪਹਿਵੇਂ ਅਸਥਾਨ ਤੇ ਗਰੀਬ ਬਨਵਾਜ ਨੇ ਦੀਵਾਨ ਸਜਾਇਆ ਸੋ ਸਮਾਪਰ ਦੇ ਤੜਕੇ ਇਸ਼ਨਾਨ ਹੋਏ ਸੰਗਤਾਂ ਸਮੇਤ ਤੋਂ ਮਹਾਰਾਜ ਦੀ ਬਾਣੀ ਦਾ ਕੀਰਤਨ ਹੋਇਆ ਹੈ ਕਰਿ ਇਸ਼ਨਾਨ ਸੁਖ ਮਾਨਕ ਨੇਰਾ ਤੋਂ ਇਸ਼ਨਾਨ ਪਾਨ ਕਰਕੇ ਬੜਾ ਭਾਰੀ ਸੁਖ ਮਾਣਿਆ ਦੀਵਾਨ ਸੁਣ ਕੇ ਕਰਿਓ ਕੂਚ ਪੁਨ ਅੱਗੇ ਡੇਰਾ ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਰਾ ਡੇਰਾ ਅੱਗੇ ਕੂਚ ਕੀਤਾ ਚੱਲੇ ਹਨ ਦੋਹਰਾ ਤਹ ਤੇ ਪੁਨ ਅੱਗੇ ਚੱਲੇ ਤਨ ਮੇਰੇ ਸਤਿਗੁਰੂ ਜੀ ਭੇਵੇਂ ਸਭ ਤੋਂ ਅੰਗੇ ਚੱਲੇ ਹਨ ਸੰਗਤ ਸਤਿਗੁਰ ਸੰਗ ਤੇ ਮੇਰੇ ਸਤਿਗੁਰਾਂ ਦੇ ਨਾਲ ਬਹੁਤ ਸਾਰੀ ਸੰਗਤ ਹੈ ਜੋਤੀ ਸਰ ਤੀਰਥ ਨਿਕਟ ਪਹੁੰਚੇ ਸੁਨੋ ਪ੍ਰਸੰਗ ਤੋਂ ਇੱਕ ਜੋਤੀ ਸਰ ਤੀਰਥ ਹੈ ਕੁਰਖੇਤਰ ਦੇ 84 ਤੀਰਥਾਂ ਦੇ ਵਿੱਚੋਂ ਇੱਕ ਤੀਰਥ ਆ ਉੱਥੇ ਕਹਿੰਦੇ ਜੋਤੀ ਸਰ ਸਥਾਨ ਤੇ ਪਹੁੰਚੇ ਹਨ ਸਤਿਗੁਰੂ ਜੀ ਚਾਉ ਪਈ ਕੈਰਵ ਪਾਂਡਵ ਕੋ ਦਲ ਭਾਰ ਕੈਰਵਨ ਨੇ ਪਾਂਡਵਾਂ ਦਾ ਜਿਹੜਾ ਬੜਾ ਭਾਰੀ ਭਾਰੀ ਦਲ ਹੋਇਆ ਜੋ ਇਸ ਪ੍ਰਕਾਰ ਬਹਾ ਭਾਰਤ ਦਾ ਜੁੱਧ ਹੋਇਆ ਹੈ ਇਹ ਆਨ ਕੀਏ ਜੰਗ ਅਖਾਰ ਕਹਿੰਦੇ ਇਸ ਧਰਤੀ ਤੇ ਆਣ ਕੇ ਬੜਾ ਭਾਰੀ ਜੰਗ ਦਾ ਅਖਾੜਾ ਸੋ ਭਾਰੀ ਜੰਗ ਇੱਥੇ ਮਚਾਇਆ ਸੀ ਇਕੱਠੀ 8 10 ਸੂਹਨ ਭਈ ਤੋ 18 ਖੂਨੀਆ ਕਹਿੰਦੇ ਨੇ ਇੱਥੇ ਜਿਹੜੀ ਸੀ ਫੌਜ ਇਕੱਠੀ ਹੋਈ ਸੀ ਹੋਏ ਸੰਨਦ ਬਦ ਥਿਰ ਥਈ ਤੋ ਕਹਿੰਦੇ ਸ਼ਸਤਰਾਂ ਨੂੰ ਲੈ ਕੇ ਤੋ ਕਮਰ ਕੱਸੇ ਕਰਕੇ ਸ਼ਸਤਰ ਪਕੜ ਕਰਕੇ ਇੱਥੇ ਆਣ ਕਰਕੇ ਟਿਕੇ ਸਨ 18 ਖੂਨੀਆ ਇਹ ਬਹੁਤ ਵੱਡੀ ਗਿਣਤੀ ਦੱਸੀ ਜਾਂਦੇ ਕਈ ਪ੍ਰਕਾਰ ਇਹ ਸੰਧਾ ਸੋ ਪ੍ਰਕਾਰ ਮਹਾਂਪੁਰਖ ਦੱਸਿਆ ਕਰਦੇ ਕਹਿੰਦੇ ਭਈ ਖੂਨੀ ਤਾਂ ਨਾਮ ਪਿਆ ਭਈ ਜਿਸ ਤਨਾ ਰਸਤਾ ਹੋਵੇ ਤੇ ਰਸਤੇ ਦੇ ਨਾਲ ਖੂਹ ਹੋਵੇ ਕੱਚੇ ਰਸਤੇ ਤੇ ਤੇ ਫੌਜ ਜੜੀ ਆ ਉਹਦੇ ਕੋਲ ਦੀ ਲੰਘਦੀ ਜਾਵੇ ਉਹਦੀ ਧੂੜ ਓਡੋਡ ਕਰਕੇ ਜਦੋਂ ਖੂਹ ਭਰ ਜਾ ਤੇ ਕਹਿੰਦੇ ਇੱਕ ਖੂਣੀ ਬਣਦੀ ਇੰਨੀ ਦੁਨੀਆ ਤੇ ਇਹੋ ਜਿਹੇ 18 ਖੂਣੀਆਂ ਇਹ ਸਾਰੇ ਸੂਰਮੇ ਇਕੱਠੇ ਹੋਏ ਸਨ ਇੱਥੇ ਜੰਗ ਦੇ ਵਿੱਚ ਇੱਕ ਦਸ ਸੱਤ ਇਕਾਦਸ ਦੂਈ ਇੱਕ ਪਾਸੇ ਸੀ ਸੱਤ ਖੂਣੀਆਂ ਦੂਜੇ ਪਾਸੇ ਸੀ 11 ਖੂਣੀਆਂ ਇਸ ਜੰਗ ਦੇ ਵਿੱਚ ਇਸ ਥਲ ਕੋ ਇਸ ਥਲ ਸੋ ਮੁਕਾਬਲੇ ਹੋਈ ਤੇ ਇਸ ਜਗ੍ਹਾ ਦੇ ਉੱਤੇ ਕੋ ਖੇਤਰ ਦੇ ਥਾਂ ਦੇ ਉੱਤੇ ਮੁਕਾਬਲਾ ਜੰਗ ਹੋਇਆ ਸੀ ਤਬ ਅਰਜਨ ਤਿੰਨ ਦੇਖ ਵਿਚਾਰਾ ਦੋ ਅਰਜਨ ਨੇ ਸੋ ਸਾਹਮਣੇ ਜਦੋਂ ਦੇਖੀ ਐ ਭਈ ਜੋ ਮੁਕਾਬਲੇ ਦੀ ਫੌਜ ਖੜੀ ਆ ਦੇਖ ਕੇ ਵਿਚਾਰ ਕੀਤਾ ਮਨ ਵਿੱਚ ਕਿਸ ਕੋ ਕਰਹੁ ਇਹਾ ਸੰਘਾਰਾ ਤੋ ਕਹਿੰਦਾ ਵੀ ਮੈਂ ਮਾਰਾਂ ਹੁਣ ਕਿਨੂੰ ਸ਼ਸਤਰ ਮਾਰ ਕੇ ਗੁਰੂ ਪਿਤਾ ਮਾ ਆਦਿਕ ਸਾਰੇ ਮੇਰੇ ਪਿਤਾ ਮਾ ਦਾਦਾ ਗੁਰੂ ਤੇ ਇਹੋ ਜਿਹਾ ਹੀ ਸਾਰੇ ਮੇਰੇ ਸਾਹਮਣੇ ਖੜੇ ਹਨ ਆਪਣੀ ਹਨ ਜਾਨਿ ਪਰੇ ਅਪਣ ਪਰਿਵਾਰੇ ਤੇ ਮੈਨੂੰ ਜਾਣਿਆ ਜਾਂਦਾ ਵੀ ਆਪਣਾ ਹੀ ਸਾਰਾ ਪਰਿਵਾਰ ਹੈ ਮੈਂ ਮਾਰਾਂ ਕਿਨੂੰ ਅਰਜਨ ਇੱਕ ਭਗਤ ਸੀ ਨਾ ਭਗਵਾਨ ਕ੍ਰਿਸ਼ਨ ਦਾ ਉਨੇ ਵਿਚਾਰ ਮਨ ਚ ਕੀਤਾ ਕੁਲ ਨਾਸਕ ਕੈਸੇ ਅਭ ਹੋਵਾਂ ਤੋ ਕਹਿੰਦੇ ਫਿਰ ਇਹਨਾਂ ਨੂੰ ਮਾਰਾਂਗਾ ਤੇ ਮੇਰਾ ਨਾਮ ਪੈਜੂ ਕੁਲ ਨਾਸਕ ਤੇ ਮੈਂ ਆਪਣੀ ਕੁਲ ਦਾ ਹੀ ਨਾਸ ਕਰਾਂ ਯੰਬਿਚਾਰ ਕੀਤਾ ਸੀ ਉਸਨੇ ਅਪਰਸ਼ਤਰ ਕੋ ਇਹਾ ਨਾ ਜਾਵਾਂ ਕਹਿੰਦੇ ਨੇ ਇਸ ਪ੍ਰਕਾਰ ਮੈਂ ਜਾਣਦਾ ਹੋਰ ਤਾਂ ਕੋਈ ਦੁਸ਼ਮਣ ਨਹੀਂ ਆਪਣੀ ਹਨ ਸਾਰੇ ਨਿਜ ਦਲ ਤੇ ਨਿਕਾਸ ਕਰ ਸੰਦਨ ਤਾਂ ਇਸ ਪ੍ਰਕਾਰ ਆਪਣਾ ਅੰਸ਼ ਅੰਦਰ ਰਥ ਜਿਹੜਾ ਸੀ ਨਾ ਆਪਣੇ ਦਲ ਵਿੱਚੋਂ ਪਾਸੇ ਕਰ ਲਿਆ ਸੀ ਉਸਨੇ ਇਸਥਲ ਥਿਤ ਕੀਏ ਆਨੰਦ ਸੁਨੰਦਨ ਇਸ ਪ੍ਰਕਾਰ ਤੇ ਭਗਵਾਨ ਕ੍ਰਿਸ਼ਨ ਜੀ ਨੇ ਫਿਰ ਇਸ ਸਥਾਨ ਤੇ ਆਣ ਕੇ ਜਿਹਨੂੰ ਜੋਤੀ ਸਰ ਕਹਿੰਦੇ ਨੇ ਉਥੇ ਆਣ ਕੇ ਕ੍ਰਿਸ਼ਨ ਮਹਾਰਾਜ ਫਿਰ ਉਥੇ ਟਿਕੇ ਸਨ ਆਸੇ ਅਰਜਨ ਕੋ ਜਬ ਜਨ ਜਦੋਂ ਜਾਣਿਆ ਵੀ ਅਰਜਨ ਤੇ ਆਪਣਾ ਧਨਖ ਬਾਣ ਛੁੱਟੀ ਫਿਰਦਾ ਹੈ ਜੰਗ ਨਹੀਂ ਕਰਨਾ ਚਾਹੁੰਦਾ ਕਰ ਉਪਦੇਸਿਓ ਮਨ ਗਿਆਨ ਇਸ ਪ੍ਰਕਾਰ ਇਹਦੇ ਮਨ ਵਿੱਚ ਗਿਆਨ ਕਰਨ ਵਾਸਤੇ ਉਪਦੇਸ਼ ਕੀਤਾ ਸੀ ਤਨ ਸੰਬੰਧ ਸੰਬੰਧ ਕੋ ਮਿਥਿਆ ਜਾਣ ਇਹਨੂੰ ਉਪਦੇਸ਼ ਕੀਤਾ ਸੀ ਕਿ ਜਿਹੜਾ ਸਰੀਰ ਦੇ ਸੰਬੰਧ ਨਾ ਇਹ ਮਿਥਿਆ ਝੂਠੇ ਜਾਣ ਲੈ ਸਤ ਚੇਤਨ ਹੈ ਅਲਪ ਮਹਾਨ ਤੂੰ ਇਸ ਪ੍ਰਕਾਰ ਜੋ ਸਤ ਚੇਤਨ ਹੈ ਅਲਪ ਉਹ ਨਿਰਲੇਪ ਮਹਾਨ ਨਿਰਲੇਪ ਹੈ ਕਰਤਾ ਭੁਗਤਾ ਆਪਨਾ ਲਿਖ ਹੈ ਇਸ ਪ੍ਰਕਾਰ ਆਪਣੇ ਆਪ ਨੂੰ ਕਰਤਾ ਭੁਗਤਾ ਨਾ ਤੂੰ ਜਾਣ ਕਿ ਮੈਂ ਜੰਗ ਕਰਾਂਗਾ ਮੈਂ ਮਾਰਾਂਗਾ ਕਰਾਂਗਾ ਪਰਮੇਸ਼ਵਰ ਦਾ ਭਾਣਾ ਮੰਨ ਤੂੰ ਮਤ ਕਰ ਨਿਜ ਸਰੂਪ ਕੋ ਪਿਖਹਿ ਅਹ ਦੇਸ ਪਰਕਾਰ ਤੂੰ ਸੋਚ ਕੇ ਆਪਣੇ ਨਿਜ ਸਰੂਪ ਦਾ ਗਿਆਨ ਪ੍ਰਾਪਤ ਕਰ ਇਤਿਆਦਿਕ ਗੀਤਾ ਮਹਿ ਕਹਿਓ ਇਹ ਗੀਤਾ ਦੇ ਵਿੱਚ ਉਪਦੇਸ਼ ਜਿਹੜਾ ਭਗਵਾਨ ਕ੍ਰਿਸ਼ਨ ਨੇ ਦਿੱਤਾ ਹੈ ਤੋ ਉਹ ਜਿਹੜੀ ਜਗ੍ਹਾ ਹੈ ਮਹਾਂਪੁਰਖਾਂ ਨਾਲ ਜਾ ਕੇ ਦਰਸ਼ਨ ਕੀਤਾ ਸੀ ਤੇ ਦੱਸਿਆ ਮਹਾਂਪੁਰਖਾਂ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਉੱਥੇ ਗੀਤਾ ਉਚਾਰਨ ਕੀਤੀ ਹੈ ਉਹਦਾ ਨਾਮ ਜੋਤੀਸ਼ਰ ਹੈ ਤੇ ਇਹ ਗੀਤਾ ਦੇ ਵਿੱਚ ਅਰਜਨ ਨੂੰ ਉਪਦੇਸ਼ ਦਿੱਤਾ ਹੈ ਤੇ ਉਪਦੇਸ਼ ਦੇ ਕਰਕੇ ਤੇ ਇਸ ਨੂੰ ਤਿਆਰ ਕੀਤਾ ਸੀ ਕਿ ਤੋਂ ਸ਼ਸਤਰ ਚੁੱਕ ਤੇ ਜੰਗ ਕਰ ਇਸ ਤਰ੍ਹਾਂ ਉਪਦੇਸ਼ ਇਹਦਾ ਹੋਇਆ ਸੀ ਇੱਕ ਵਾਰ ਸੋ ਇਹਨਾਂ ਦੇ ਜਿਹੜਾ ਆਪਣਾ ਦਾਯਾਨੰਦ ਸੁਰਸ਼ਤੀ ਹੋਇਆ ਹੈ Hindu ਧਰਮ ਦੇ ਇੱਕ ਮਹਾਨ ਮਹਾਤਮਾ ਨੇ ਸੋ ਬਿਆਨ ਦੇ ਦਿੱਤਾ ਸੀ ਕਹਿੰਦੇ ਭੀ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਮਹਾਤਮਾ ਗਾਂਧੀ ਦਾ ਜ਼ਿਕਰ ਹੈ ਉਸ ਨੇ ਇਹ ਬਿਆਨ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਦੇ ਭੁੱਲੇ ਹੋਏ ਰੱਬਰ ਸਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿੰਦਿਆ ਕੀਤੀ ਸੀ ਮਹਾਤਮਾ ਗਾਂਧੀ ਨੇ ਤੇ ਭਾਈ ਸਾਹਿਬ ਭਾਈ ਦੰਤਿਰ ਸਿੰਘ ਸਾਹਿਬ ਜੀ ਸੋ ਅਖੰਡ ਕੀਰਤਨੀ ਜਥੇ ਵਾਲੇ ਉਹਨਾਂ ਦਾ ਸੇਵੀ ਸੀ ਉਸ ਵੇਲੇ ਉਹ ਫਿਰ ਨਾ ਮਹਾਤਮਾ ਗਾਂਧੀ ਕੋਲ ਚਲੇ ਗਏ ਜਾ ਕੇ ਕਹਿਣ ਲੱਗੇ ਵੀ ਤੁਸੀਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਹ ਗੱਲ ਕਹੀ। ਕਹਿੰਦਾ ਹਾਂ ਕਹਿੰਦੇ ਸ਼ਾਸਤਰ ਚੁੱਕਣ ਦੇ ਨਾਲ ਤੋਂ ਹਿੰਸਾ ਹੁੰਦੀ ਹੈ। ਤੋਂ ਸਾਡਾ ਕਹਿੰਦੇ ਮੇਰਾ ਜਿਹੜਾ ਨਿਸ਼ਾਨਾ ਉਹ ਹੈ ਅਹਿੰਸਾ ਰਹਿਣਾ। ਜੀਵ ਹੱਤਿਆ ਨਹੀਂ ਕਰਨੀ। ਕਹਿੰਦੇ ਭਈ ਠੀਕ ਹੈ। ਭਈ ਹਥਿਆਰ ਚੁੱਕ ਕੇ ਜਾਂ ਜੰਗ ਕਰਨ ਦੇ ਨਾਲ ਭਈ ਜੀਵ ਹੱਤਿਆ ਹੁੰਦੀ ਹੈ। ਕਹਿੰਦੇ ਹਾਂ ਤੇ ਕਹਿੰਦੇ ਤੁਸੀਂ ਗੁਰੂ ਸਾਹਿਬ ਨੂੰ ਇਸ ਵਾਸਤੇ ਇਹ ਮਾੜੀ ਗੱਲ ਕਹੀ ਹੈ। ਕਹਿੰਦੇ ਹਾਂ ਕਹਿਣ ਲੱਗੇ ਅਸੀਂ ਸਮਝਦੇ ਹਾਂ ਇਸ ਤੇਰੀ ਗੱਲ ਨੂੰ ਕਿ ਤੂੰ ਖਾਲਸਾ ਪੰਥ ਦੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਿੰਦਿਆ ਕੀਤੀ ਹੈ। ਤਾਂ ਉਸ ਵੇਲੇ ਉਸ ਨੂੰ ਦਲੀਲ ਦਿੱਤੀ ਕਹਿਣ ਲੱਗੇ ਦੇਖ ਕਹਿੰਦੇ ਤੂੰ ਗੀਤਾ ਪੜਦਾ ਹੈ? ਕਹਿੰਦਾ ਗੀਤਾ ਤੇ ਮੇਰੀ ਮਾਤਾ ਹੈ। ਮੈਂ ਤਾਂ ਕੋਲ ਰੱਖਦਾ ਹਰ ਵੇਲੇ। ਮੈਂ ਉਹਦਾ ਪਾਠ ਕਰਦਾ ਹਾਂ। ਕਹਿੰਦੇ ਠੀਕ ਹੈ। ਕਹਿੰਦੇ ਜਿਹੜੀ ਤੇਰੀ ਮਾਂ ਆ ਨਾ ਗੀਤਾ। ਇਹ ਦੱਸ ਜੰਮੀ ਕਿੱਥੇ ਸੀ? ਮਹਾਤਮਾ ਗਾਂਧੀ ਹਟਾਉਤੇ ਵੇਖੇ ਕਹਿੰਦੇ ਇਹ ਸੁਣਨ ਸਾਡੇ ਗੁਰੂ ਨੂੰ ਤੂੰ ਗੱਲ ਕਹੀ ਕਹਿੰਦੇ ਹੁਣ ਲਿਆਜ ਕਾਦਾ ਤੂੰ ਦਸਵੇਂ ਪਾਤਸ਼ਾਹ ਮਹਾਰਾਜ ਦੇ ਖਿਲਾਫ ਬੋਲੇ ਜਿਹੜਾ ਨੇ ਦੇਸ਼ ਵਾਸਤੇ ਪਿਤਾ ਕੁਰਬਾਨ ਕੀਤਾ ਤੁਹਾਡਾ ਤਿਲਕ ਜੰ늉 ਬਚਾਇਆ ਉਸ ਗੁਰੂ ਦੀ ਕਦਰ ਤੁਹਾਡੇ ਮਨ 'ਚ ਇਹ ਹੈ ਕਹਿੰਦੇ ਦੱਸ ਤੇਰੀ ਮਾਂ ਜੰਮੀ ਕਿੱਥੇ ਸੀ ਸੋਚਣ ਲੱਗ ਪਿਆ ਕਹਿੰਦੇ ਕਿੱਥੇ ਤੇਰੀ ਗੀਤਾ ਦਾ ਉਪਦੇਸ਼ ਹੋਇਆ ਸੀ ਕੁਰਖੇਤਰ ਦੇ ਮੈਦਾਨ ਦੇ ਵਿੱਚ ਤੇ ਭਗਵਾਨ ਕ੍ਰਿਸ਼ਨ ਜੀ ਨੇ ਉਚਾਰੀਆਂ ਨਾ ਕਾਦੇ ਵਾਸਤੇ ਉਚਾਰੀਆਂ ਸੀ ਉਹ ਜਿਸ ਵੇਲੇ ਅਰਜਨ ਨੇ ਹਥਿਆਰ ਛੁੱਟੇ ਸਨ ਉਸ ਵੇਲੇ ਉਪਦੇਸ਼ ਦਿੱਤਾ ਸੀ ਕਿ ਹਥਿਆਰ ਛੁੱਕ ਤੇ ਜੰਗ ਕਰ ਆਪਣੇ ਗੁਰੂ ਪਿਤਾਮਿਆਂ ਦੇ ਨਾਲ ਚੁਕਾਏ ਕਿ ਨਾ ਅਰਜਨ ਨੇ ਜੰਗ ਕੀਤਾ ਕਿ ਨਹੀਂ ਮਹਾਭਾਰਤ ਦਾ ਜੰਗ ਹੋਇਆ ਕਿ ਨਹੀਂ ਹੋਇਆ ਸੋ ਇੱਥੇ ਇੰਨੀ 18 ਖੂਨੀਆਂ ਗਰਕ ਹੋਈਆਂ ਨੇ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੰਨਿਆ ਹਰਾਬਰ ਕਹਿੰਦੇ ਆ ਫਿਰ ਕਹੇ ਕ੍ਰਿਸ਼ਨ ਵੀ ਭੁੱਲਿਆ ਹਰਾਬਰ ਸੀ ਕਹਦੇ ਤੇਰੀ ਗੀਤਾ ਗਲਤ ਹੈ ਉਸ ਵੇਲੇ ਨੀਮੀ ਪਾ ਕੇ ਬਹਿ ਗਏ ਇਸ ਮਹਾਤਮਾ ਗਾਂਧੀ ਕਹਿੰਦੇ ਖਬਰਦਾਰ ਸੇ ਅੱਗੇ ਵਾਸਤੇ ਤੂੰ ਸਾਡੇ ਗੁਰੂ ਨੂੰ ਇਹੋ ਜੀ ਬਚਨ ਕਰੇ ਇਸ ਵਾਸਤੇ ਮੇਰੇ ਸਤਿਗੁਰੂ ਨੇ ਸੱਚ ਧਰਮ ਤੁਹਾਡੇ ਤਿਲਕ ਜੰਝੂ ਦੀ ਰੱਖੀ ਭਾਈ ਸਾਹਿਬ ਨੇ ਇਸ ਤਰ੍ਹਾਂ ਲੈਕਚਰ ਕਰਕੇ ਉਸ ਦੇ ਤਾਈ ਨਰੁੱਤਰ ਕੀਤਾ ਸੀ ਕਹਿੰਦੇ ਜਵਾਬ ਦੇ ਸਾਡੇ ਇਸ ਗੱਲ ਦਾ ਤੋ ਭਾਵ ਤੋ ਇਹ ਤੋ ਅਸਥਾਨ ਨੇ ਤੋ ਇਸ ਪ੍ਰਕਾਰ ਅਤੀਰਥ ਸਥਾਨ ਨੇ ਸੋ ਸਾਰਿਆਂ ਦੇ ਅਸੀਂ ਸਤਿਕਾਰ ਕਰਦੇ ਹਾਂ ਤੋ ਭਾਵ ਭਗਵਾਨ ਕ੍ਰਿਸ਼ ਜਦੋਂ ਅਰਜਨ ਨੇ ਆਪਣਾ ਜੰਗ ਦੇ ਵਿੱਚ ਹੱਥ ਪਾਸੀ ਕਰਕੇ ਉੱਥੇ ਆਣ ਟਿਕਿਆ ਸੀ ਤੇ ਭਗਵਾਨ ਕ੍ਰਿਸ਼ਨ ਜੀ ਨੇ ਆਣ ਕਰਕੇ ਉਸ ਨੂੰ ਉਪਦੇਸ਼ ਕੀਤਾ ਗੀਤਾ ਉਚਾਰਣ ਕੀਤੀ ਤੇ ਉਹ ਜਦੋਂ ਗੀਤਾ ਦਾ ਉਪਦੇਸ਼ ਕੀਤਾ ਸੀ ਤੇ ਅਰਜੁਨ ਨੇ ਫਿਰ ਹਥਿਆਰ ਚੁੱਕੇ ਤੇ ਜੰਗ ਕੀਤਾ ਸੀ ਉਹ ਸਤਾਨ ਨੂੰ ਜੋਤੀ ਸਰ ਆਖਦੇ ਹਨ ਹਿਰਦੇ ਗਿਆਨ ਅਰਜਨ ਸੁਨ ਲਹਿਓ ਤੋ ਜਿਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਉਸ ਦੇ ਹਿਰਦੇ ਵਿੱਚ ਗਿਆਨ ਬਖਸ਼ਿਆ ਸੀ ਬਾਸ ਦੇਵ ਕਹ ਅਨਕ ਪ੍ਰਕਾਰਾ ਬਾਸ ਦੇ ਭਗਵਾਨ ਕ੍ਰਿਸ਼ਨ ਜੀ ਨੇ ਅਨੇਕ ਪ੍ਰਕਾਰ ਦਾ ਇਸ ਨੂੰ ਉਪਦੇਸ਼ ਦਿੱਤਾ ਸੀ ਕਰ ਵਾਇਸ ਬਡ ਜੰਗ ਅਖਾਰਾ ਇਹ ਜੰਗ ਦਾ ਅਖਾੜਾ ਵੱਡਾ ਕਰਾਇਆ ਸੀ ਇਹਦੇ ਕੋਲ ਮੈਦਾਨੇ ਜੰਗ ਵਿੱਚ ਤਿਆਰ ਕਰਕੇ ਗੀਤਾ ਦੇ ਉਚਾਰਨ ਦਾ ਕਾਰਨ ਇਹ ਸੀ ਕਿ ਭਗਤ ਅਰਜਨ ਸੀ ਭਗਵਾਨ ਕ੍ਰਿਸ਼ਨ ਦਾ ਕ੍ਰਿਸ਼ਨ ਜੀ ਦਾ ਭਗਤ ਸੀ ਅਰਜਨ ਤੇ ਉਸ ਨੂੰ ਉਪਦੇਸ਼ ਇਸ ਲਈ ਕੀਤਾ ਕਿ ਤੂੰ ਉੱਠ ਕਰਕੇ ਸੂਰਮਾ ਬਣ ਤੇ ਜੰਗ ਕਰ ਤੇ ਜੰਗ ਫਿਰ ਕਰਾਇਆ ਸੀ ਇਸ ਵਾਸਤੇ ਕਹਿੰਦੇ ਨੇ ਇਉਂ ਭਗਵਾਨ ਜੀ ਨੇ ਕ੍ਰਿਸ਼ਨ ਜੀ ਨੇ ਉੱਥੇ ਗੀਤਾ ਵਿਚਾਰੀ ਸੀ ਇਸ ਥਲ ਥਿਤ ਰਥ ਕ੍ਰਿਸ਼ਨ ਪਨੀਤਾ ਜਿੱਥੇ ਭਗਵਾਨ ਕ੍ਰਿਸ਼ਨ ਜੀ ਦਾ ਪਵਿੱਤਰ ਰਥ ਟਿਕਿਆ ਸੀ ਅਰਜਨ ਸਾਥ ਕਹੀ ਸੁਭ ਗੀਤਾ ਤੇ ਅਰਜਨ ਦੇ ਨਾਲ ਜਿੱਥੇ ਗੀਤਾ ਕਹੀ ਸੀ ਭਗਵਾਨ ਕ੍ਰਿਸ਼ਨ ਜੀ ਨੇ ਜਾਤਿ ਪਾਵਨ ਇਹ ਅਸਥਾਨ ਇਸ ਵਾਸਤੇ ਕਹਿੰਦੇ ਇਹ ਅਸਥਾਨ ਪਵਿੱਤਰ ਮੰਨਿਆ ਜਾਂਦਾ ਤੀਰਥ ਮੰਨਿਆ ਜਾਂਦਾ ਹੈ ਸੰਗਤ ਸਗਰੀ ਕਰਹੁ ਇਸ਼ਨਾਨ ਇਸ ਵਾਸਤੇ ਭਾਈ ਸਾਰੀ ਸੰਗਤ ਇਸ਼ਨਾਨ ਪਾਨ ਕਰੋ ਨਾਮ ਜਪੋ ਸੁਨ ਸਿੱਖਨ ਸੁਖ ਪਾਏ ਵਿਸਾਲਾ ਗੁਰ ਸਿੱਖਾ ਨੇ ਬੜਾ ਭਾਰੀ ਇਸ ਪ੍ਰਕਾਰ ਸੁਖ ਮਾਣਿਆ ਗੁਰੂ ਸਾਹਿਬ ਦੇ ਬਚਨ ਸੁਣ ਕੇ ਕੀਨ ਇਸ਼ਨਾਨ ਦਾਨ ਤਿਸ ਕਲ ਉਸ ਵੇਲੇ ਨੇ ਇਸ਼ਨਾਨ ਵੀ ਕੀਤਾ ਤੇ ਗਰੀਬਾਂ ਨੂੰ ਦਾਨ ਵੀ ਦਿੱਤਾ ਹੈ ਬਹੁਰਥਨੇਸ਼ਰ ਸਤਗੁਰ ਗਏ ਇਸ ਤੋਂ ਬਾਅਦ ਮੇਰੇ ਸਤਗੁਰੂ ਜੀ ਗਏ ਨੇ ਇਹ ਖੇਤਰ ਹੈ ਇਹਦੇ ਲੱਗ ਹੀ ਹੈ ਥਨੇਸ਼ਰ ਡੋਨੇਸ਼ਨ ਵਾਲੇ ਸਥਾਨ ਤੇ ਗਏ ਸਤਿਗੁਰੂ ਜੀ ਸੰਗ ਪੀਰ ਸੰਗ ਬਹੁ ਡੇਰਾ ਕੈ ਕੀਏ ਮੇਰੇ ਸਤਿਗੁਰੂ ਦੇ ਨਾਲ ਹੁਣ ਸੰਗਤਾਂ ਦੀ ਬਹੁਤ ਭੀੜ ਜੁੜ ਗਈ ਸੰਗਤਾ ਸ਼ਰਧਾਲੂਆਂ ਦੀ ਤੇ ਮੇਰੇ ਸਤਿਗੁਰਾਂ ਨੇ ਡੇਰਾ ਕੀਤਾ ਉੱਥੇ ਜਾ ਕੇ ਖਾਣ ਪਾਣ ਕਰ ਨਿਸ ਬਿਸਰਾ ਬਿਸਰਾਮੇ ਤੋਂ ਲੰਗਰ ਪਾਣੀ ਤਿਆਰ ਹੋਇਆ ਸਭ ਸੰਗਤਾਂ ਨੇ ਲੰਗਰ ਛਕਿਆ ਰਾਤ ਨੂੰ ਵਿਸਰਾਮ ਕੀਤਾ ਹੈ ਕਰਨ ਕੀਰਤਨ ਉਠ ਰਹਿ ਜਾਮੇ ਇਸ ਪ੍ਰਕਾਰ ਜਾਮ ਪਹਿਰ ਰਾਤ ਰਹਿੰਦੀ ਤੋਂ ਉੱਠ ਕਰਕੇ ਸਰੀਰ ਅਦਕ ਦੀ ਪਵਿੱਤਰਤਾ ਕਰਕੇ ਕੀਰਤਨ ਕੀਤਾ ਹੈ ਸਿਮਰਨ ਕੀਤਾ ਸੰਗਤਾਂ ਨੇ ਰਾਗਨ ਕੀ ਧੁਨ ਸੁੰਦਰ ਸਾਥ ਬਹੁ ਸੋਹਣੀ ਰਾਗਾਂ ਦੀ ਧੁਨੀ ਉਚਾਰਣ ਕਰਕੇ ਉਪਜਿਤ ਪ੍ਰੇਮ ਪਰਮੇਸ਼ਰ 나ਥ ਧੋ ਐਸੇ ਕੀਰਤਨ ਨੂੰ ਸੁਣ ਕੇ ਬਾਣੀ ਨੂੰ ਸੁਣ ਕੇ ਸਵਾਮੀ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਜਿਹੜਾ ਹਿਰਦਿਆਂ ਵਿੱਚ ਪੈਦਾ ਹੁੰਦਾ ਹੈ ਪ੍ਰੇਮੀਆਂ ਦੇ ਭਾਇਓ ਪ੍ਰਕਾਸ਼ ਪ੍ਰਾਤ ਕੋ ਜਨ ਜਦੋਂ ਪ੍ਰਕਾਸ਼ ਚਾਨਣ ਹੋ ਗਿਆ ਭੀ ਦਿਨ ਚੜ ਗਿਆ ਸਵੇਰ ਹੋ ਗਈ ਕੀਨ ਤੀਰਥਨ ਬਿਖੈਸ਼ਨਨ ਇਸ ਪ੍ਰਕਾਰ ਸੋ ਇਸ਼ਨਾਨ ਤਾਂ ਮੇਰੇ ਗੁਰੂ ਨਾਨਕ ਦਾ ਹੁਕਮ ਹੈ ਭੀ ਇਸ਼ਨਾਨ ਕੀਤਾ ਹੈ ਸੰਗਤਾਂ ਨੇ ਸਰਸਤੀ ਸਲਤਾ ਜਲ ਪਾਵਨ ਇੱਥੇ ਵੀ ਕਹਿੰਦੇ ਸੁਰਸਤੀ ਦਾ ਪਵਿੱਤਰ ਜਲ ਜਿਹੜਾ ਇੱਥੇ ਪਹੁੰਚਦਾ ਹੈ ਗਯੋ ਪ੍ਰਵਾਹ ਪੁਨ ਬਹੁ ਥਾਵਨ ਤਾਂ ਬਹੁਤ ਥਾਵਾਂ ਤੇ ਕਹਿੰਦੇ ਸੁਰਸਤੀ ਨਦੀ ਦਾ ਪ੍ਰਵਾਹ ਜਿਹੜਾ ਗਿਆ ਸੀ ਤੋਂ ਬ੍ਰਿੰਦ ਵਿਖੇ ਬਹਿਬਾਰੀ ਬਹੁਤ ਸਾਰੇ ਤੀਰਥਾਂ ਦੇ ਵਿੱਚ ਜੋ ਜਲ ਚੱਲਦਾ ਹੈ ਪਾਵਨ ਕਰੀ ਭੂਮਿਕਾ ਸਾਰੀ ਤੇ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਆਪਣੇ ਚਰਨ ਪਾ ਕੇ ਸੰਗਤ ਅਸਮੇਤ ਸਾਰੀ ਧਰਤੀ ਨੂੰ ਪਵਿੱਤਰ ਕੀਤਾ ਹੈ ਇਸ ਮਹਕਾਰਸ਼ਨਾਨ ਹਰ ਖਾਏ ਤੇ ਇਸਨਾਨ ਕੀਤਾ ਹੈ ਬਹੁਤ ਖੁਸ਼ ਹੋਏ ਹਨ ਜਪ ਪ੍ਰਭ ਦਾਨ ਦੀਨ ਸਮਦਾਏ ਤੋਂ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਬਾਣੀ ਦਾ ਜਾਪ ਕੀਤਾ ਹੈ ਉੱਥੇ ਮਹਨ ਦੀਵਾਨ ਸੁਝਾਇਆ ਕਥਾ ਕੀਰਤਨ ਹੋਇਆ ਗਰੀਬਾਂ ਨੂੰ ਦਾਨ ਦਿੱਤਾ ਹੈ ਲੰਗਰ ਚਲਾਇ ਸਤਿਗੁਰਾਂ ਨੇ ਸਭ ਤੀਰਥ ਅਰ ਨਗਰ ਮਝਾਰਾ ਤੋਂ ਸਾਰੇ ਤੀਰਥ ਦੇ ਉੱਤੇ ਤੇ ਇਸ ਨਗਰੀ ਸਾਰੀ ਦੇ ਵਿੱਚ ਸੁਣ ਸੁਣ ਸੁਧ ਨਾਰ ਕਰਹਿ ਉਚਾਰ ਦੇ ਗੁਰੂ ਸਾਹਿਬ ਦਾ ਜਸ ਸੁਣ ਸੁਣ ਕਰਕੇ ਲੋਕੀ ਉਚਾਰਦੇ ਕਹਿੰਦੇ ਹਨ ਮੁਖ ਤੋਂ ਸ੍ਰੀ ਨਾਨਕ ਕੇ ਤੀਸਰੇ ਥਾਨ ਭਈ ਧੰਨ ਸਹਿਬ ਗੁਰੂ ਨਾਨਕ ਮਹਾਰਾਜ ਦੇ ਤੀਸਰੇ ਸਥਾਨ ਤੇ ਬੈਠੇ ਗਾਦੀ ਗੁਰੂ ਮਹਾਨ ਗੰਦੀ ਤੇ ਬਰਾਜਮਨ ਹੋਏ ਮਹਾਨ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸੋ ਤੀਰਥ ਕਰਬੇ ਕਹੋ ਆਇਓ ਹੋ ਉਹ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਆਏ ਹਨ ਸੰਗਤਾਂ ਨੂੰ ਲੈ ਕੇ ਯਾਤਰਾ ਤੇ ਮਹਾ ਜੋਤ ਜਿਨ ਜਗ ਬਿਦਤਾਇਓ ਜਿਨ੍ਹਾਂ ਨੇ ਮਹਾਨ ਇਸ ਪ੍ਰਕਾਰ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ ਪਰਮੇਸ਼ਵਰ ਦੇ ਨਾਮ ਨੂੰ ਸੰਿਆਸੀ ਬ੍ਰਹਮਚਾਰੀ ਬ੍ਰਿੰਦ ਜਿਸ ਵਲੇ ਇਉ ਸਤਗੁਰਾਂ ਦੀ ਮਹਿਮਾ ਸੁਣੀ ਬਹੁਤ ਸਾਰੇ ਸੰਿਆਸੀ ਬੈਰਾਗੀ ਸੋ ਰਿਸ਼ੀ ਮੁਨੀ ਤਪਸਵੀ ਸਿਮਰਨ ਵਾਲੇ ਲੋਕ ਆਏ ਹਨ ਪੰਡਤ ਵਿਦਿਆ ਵਿਖੇ ਬਿਲੰਦ ਜਿਹੜੇ ਪੰਡਤ ਵਿਦਵਾਨ ਸਨ ਵਿਦਿਆ ਦੇ ਵਿੱਚ ਬੜੇ ਮਹਾਨ ਚਤਰ ਸਨ ਲੋਕ ਬੈਰਾਗੀ ਆਦਿਕ ਬਹੁ ਦੇਖਣ ਤੋ ਬੈਰਾਗੀ ਆਦਿਕ ਬੜੇ ਭੇਖਾਂ ਦੇ ਜਿਹੜੇ ਸਾਧੂ ਸਨ ਉਹ ਆਏ ਨੇ ਸੁਥਨੇ ਸਰ ਸਥਾਨ ਤੇ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੀ ਸ਼ੋਭਾ ਸੁਣ ਕੇ ਦਰਸ਼ਨ ਕਰਨ ਆਏ ਹਨ ਚਲ ਆਏ ਸਤ ਗੁਰ ਕਉ ਦੇਖਣ ਤੋ ਗੁਰੂ ਸਾਹਿਬ ਦਾ ਦਰਸ਼ਨ ਕਰਨ ਵਾਸਤੇ ਆਏ ਨੇ ਕਿਉਂਕਿ ਧੰਨ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਸ ਸਭ ਦੁਨੀਆ ਤੇ ਫੈਲਿਆ ਹੋਇਆ ਸੀ ਜਦੋਂ ਤੱਕ ਇਹ ਕਿ ਸਾਹਿਬ ਗੁਰੂ ਨਾਨਕ ਦੇ ਤੀਜੇ ਰੂਪ ਆਏ ਹਨ ਚਾਹੋ ਉਹ ਪੁਜਾ ਹੈ ਦਰਸ਼ਨ ਕਰਨ ਦਾ ਨਰ ਗ੍ਰਸਥੀ ਗੁਰ ਕੇ ਸਿੱਖ ਕੇ ਤੋ ਭਾਈ ਜਿਹੜੇ ਮੇਰੇ ਸਤ ਗੁਰਾਂ ਦੇ ਗ੍ਰਸਥੀ ਸਿੱਖ ਇਧਰ ਨੇੜੇ ਤੇੜੇ ਰਹਿੰਦੇ ਸਨ ਉਹ ਸਭ ਚੱਲ ਕੇ ਆਏ ਹਨ ਗੁਰੂ ਦਰਸ ਹਿਤ ਆਇ ਤੇ ਤੋ ਸਾਰੇ ਹੀ ਜਿਹੜੇ ਸਨ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਹਨ ਉਸ ਜਗ੍ਹਾ ਤੇ ਲੈ ਕਰ ਕੇ ਤਿਤਕ ਸੁਭ ਪਕਵਾਨ ਤੋ ਕਈ ਸੰਗਤਾਂ ਨੇ ਕਹਿੰਦੇ ਇਸ ਪ੍ਰਕਾਰ ਭੰਡਾਰੇ ਤਿਆਰ ਕਰਕੇ ਲਿਆਂਦੇ ਸੰਗਤਾਂ ਵਾਸਤੇ ਕਿਨਹੁ ਕਿਨਹੁ ਸੁਮਨ ਸੋ ਲੀਨਸ ਪਾਨ ਤੋ ਕਈਆਂ ਨੇ ਹੱਥਾਂ ਵਿੱਚ ਫੁੱਲ ਲੈਏ ਨੇ ਗੁਰੂ ਸਾਹਿਬ ਨੂੰ ਅਰਪਣ ਕਰਨ ਲਈ ਫੁੱਲਾਂ ਦੀ ਹਾਰ ਬਣਾ ਕਰਕੇ ਲਿਆਏ ਹਨ ਕੋ ਫਲ ਮੂਲ ਲਿਆਇ ਬੋ ਕਰੇ ਤੇ ਕੋਈ ਇਸ ਪ੍ਰਕਾਰ ਫਲ ਮੂਲ ਜਿਹੜੇ ਮੂਲ ਫਲ ਹਨ ਜੋ ਧਰਤੀ ਦੇ ਥੱਲੇ ਹੁੰਦੇ ਨੇ ਉਹ ਲਿਆਏ ਹਨ ਚਾਰੋਂ ਵਰਨ ਭੇਟ ਕੋ ਧਰੇ ਤੋ ਚਾਰੇ ਹੀ ਵਰਨ ਜਿਹੜੇ ਨੇ ਬ੍ਰਾਹਮਣ ਖੱਤਰੀ ਤੋ ਵੈਸ਼ ਤੇ ਸ਼ੂਦਰ ਲੋਕ ਉਹ ਸਾਰੇ ਹੀ ਇਸ ਤਰੀਕੇ ਦੇ ਨਾਲ ਭੇਟਾ ਲਿਆਏ ਤੇ ਗੁਰੂ ਸਾਹਿਬ ਜੀ ਨੂੰ ਆਣ ਕੇ ਮਿਲੇ ਹਨ ਦਰ ਸਿंह ਸਤ ਗੁਰਕਾਰ ਕਰ ਨਮੋ ਤੇ ਮੇਰੇ ਸਤ ਗੁਰੂ ਪਾਤਸ਼ਾਹੀ ਦੇ ਦਰਸ਼ਨ ਕਰਦੀਆਂ ਸੰਗਤਾਂ ਮੱਥਾ ਟੇਕਦੀਆਂ ਸਾਧੂ ਮਹਾਤਮਾ ਚਾਰੇ ਵਰਨਾ ਦੇ ਲੋਕ ਮੇਰੇ ਸਤ ਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਨ ਭਈ ਭੀਰ ਭਾਰੀ ਤਿਹ ਸਮੂ ਉਸ ਵੇਲੇ ਬਹੁਤ ਭਾਰੀ ਭੀੜ ਜੜੀ ਹੋ ਗਈ ਸੰਗਤਾਂ ਦੀ ਦੇਖਤ ਸਰਬ ਪ੍ਰਤਾਪ ਉਚੇਰੇ ਜਦੋਂ ਮੇਰੇ ਸਤ ਗੁਰਾਂ ਦਾ ਮਹਾਨ ਇੰਨਾ ਉੱਚਾ ਪ੍ਰਤਾਪ ਸਾਰਿਆਂ ਨੇ ਦੇਖਿਆ ਹੈ ਧਰਿ ਉਸ ਰੂਪ ਜਨ ਗਿਆਨ ਬਡੇਰੇ ਮੰਨੋ ਕਿ ਗੁਰੂ ਅਮਰਦਾਸ ਮਹਾਰਾਜ ਅਕਾਲ ਪੁਰਖ ਬ੍ਰਹਮ ਦਾ ਗਿਆਨ ਦਾ ਹੀ ਸਰੂਪ ਮਹਰਾਂ ਨੇ ਧਾਰਨ ਕੀਤਾ ਹੋਇਆ ਹੈ ਪੰਡਿਤ ਅਰਸ ਨਿਆਸੀ ਬ੍ਰਿੰਦ ਜਿਤਨੇ ਵੀ ਪੰਡਿਤ ਲੋਕ ਹਨ ਸੰਿਆਸੀ ਹਨ ਬਹੁਤ ਸਾਰੇ ਟਿੱਗ ਬੈਠੇ ਹੰਕਾਰ ਬਿਲੰਦਾ ਜਿਨ੍ਹਾਂ ਨੂੰ ਆਪਣੇ ਆਪ ਦਾ ਬੜਾ ਹੰਕਾਰ ਸੀ ਵਿਦਿਆ ਦਾ ਮਾਣ ਹੈ ਸੰਿਆਸ ਪੁਣੇ ਦਾ ਮਾਣ ਹੈ ਆਣ ਕੇ ਗੁਰੂ ਸਾਹਿਬਾਂ ਦੇ ਕੋਲ ਬੈਠੇ ਹਨ ਸ੍ਰੀ ਸਤਗੁਰੂ ਕੋ ਦਰਸ਼ਨ ਕਰਿਓ ਸਾਹਿਬ ਸਤਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕੀਤਾ ਉਥੇ ਕਰ ਬੰਦਨ ਕੋ ਪ੍ਰਸ਼ਨ ਉਚਰਿਓ ਨਮਸਕਾਰ ਕਰਕੇ ਜੋ ਇਹਨਾਂ ਦੇ ਮਨ ਵਿੱਚ ਹੰਕਾਰ ਸੀ ਤੋਂ ਮਹਾਰਾਜ ਨੂੰ ਪ੍ਰਸ਼ਨ ਕਰਕੇ ਪੁੱਛਿਆ ਇਹਨਾਂ ਨੇ ਸ੍ਰੀ ਨਾਨਕ ਜੋ ਕੀਨਸ ਬਾਣੀ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਇਹ ਜਿਹੜੀ ਪਵਿੱਤਰ ਬਾਣੀ ਉਚਾਰਨ ਕੀਤੀ ਹੈ ਤਿਸ ਕੋ ਕਾਰਨ ਪਰਹਿ ਨ ਜਾਣੀ ਕਹਿੰਦੇ ਸਾਨੂੰ ਸਮਝ ਨਹੀਂ ਹੈ ਕਿ ਇਸ ਬਾਣੀ ਦੇ ਉਚਾਰਨ ਦਾ ਕਾਰਨ ਕੀ ਹੈ ਕੀ ਲੋੜ ਪੈ ਗਈ ਮਹਾਰਾਜ ਨੂੰ ਬਾਣੀ ਉਚਾਰਨ ਕਰਨ ਦੀ ਅਗੇ ਹਤੇ ਸੋ 베ਦ ਪੁਰਾਨ ਕਿਉਂਕਿ ਬਾਣੀ ਤਾਂ 베ਦਾਂ ਦੀ ਪੁਰਾਣਾਂ ਦੀ ਪਹਿਲਾਂ ਹੀ ਬਹੁਤ ਸੀ ਇਥੇ ਸਮਾਤ ਲੋਕ ਵਿੱਚ ਪਠ ਹੈ ਸੁਨਹ ਹੈ ਬਿਸਤਰ ਜਹਾਨ ਤੇ ਸੰਸਾਰ ਵਿੱਚ ਪੜਦੇ ਸਨ ਸੁਣਦੇ ਸਨ ਬੜਾ ਵਿਸਥਾਰ ਸੀ 베ਦਾਂ ਦਾ ਉਪਦੇਸ਼ ਸੀ ਸੋ ਕਲਿਆਣ ਕਰਤ ਜਗਿਆ ਸੀ ਤੇ ਜਗਿਆਸੂਆਂ ਦੀ ਮੁਕਤੀ ਕਲਿਆਣ ਕਰਨ ਨੂੰ ਸਮਰੱਥ ਸੀ ਬਾਣੀ ਉਹ ਚਲ ਹੈ ਕਹੇ ਪਰ ਕਟ ਹੈ ਫਾਸੀ ਜਨਮ ਹੀ ਉਹਨਾਂ 베ਦਾਂ ਦੇ ਅਨੁਸਾਰ ਚੱਲਦਾ ਤੇ ਉਹਨਾਂ ਦੀ ਸੋ ਜਨਮ ਮਰਨ ਦੀ ਫਾਹੀ ਨੂੰ ਕੱਟ ਕੱਟਦੀ ਸੀ ਉਹ ਬਾਣੀ ਜਿਹੜੀ ਸੀ ਮੁਕਤ ਪੰਥ ਕੋ ਨੀਕੀ ਭਾਂਤ ਸੋ ਭਲੀ ਪ੍ਰਕਾਰ ਮੁਕਤੀ ਦਾ ਰਾਹ ਜਿਹੜਾ ਹੈ ਉਹ ਦੱਸਦਾ ਸੀ 베ਦ ਵਰਨੇ ਉਪਦੇਸ਼ ਜੋ ਬਖਿਆਤ ਜਿਤ ਵਿੱਚ ਬੜਾ ਭਾਰੀ ਸੁੰਦਰ ਕਹਿੰਦੇ ਜੀ ਉਪਦੇਸ਼ ਜਿਹੜਾ ਵਰਣਨ ਕੀਤਾ ਹੋਇਆ ਹੈ ਤਿੰਨ ਕਹ ਹੁਤੇ ਸ੍ਰੀ ਗੁਰਬਾਣੀ ਕਿਉਂ ਤਾਂ ਇਸ ਵਾਸਤੇ ਜਦੋਂ ਬੇਦ ਬਾਣੀ ਸੀ ਤੇ ਗੁਰੂ ਸਾਹਿਬ ਨੇ ਇਹ ਬਾਣੀ ਗੁਰਬਾਣੀ ਜਿਹੜਾ ਗੁਰੂ ਸਾਹਿਬਾਂ ਦੀ ਬਾਣੀਆਂ ਕਿਉਂ ਉਚਾਰਨ ਕੀਤੀ ਹੈ ਕਿਉਂਕਿ ਨਸ ਕੁਸ ਜਾਏ ਨ ਜਾਣੀ ਕਹਿੰਦੇ ਜੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਵੀ ਮਹਾਰਾਜ ਨੇ ਬਾਣੀ ਕਿਉਂ ਉਚਾਰਨ ਕੀਤੀ ਵੇਦਾਂ ਨੂੰ ਪੜਦੇ ਉਹਨਾਂ ਨੂੰ ਇਹ ਵੇਦਾਂ ਦਾ ਪਤਾ ਸੀ ਇਸ ਪ੍ਰਕਾਰ ਤਿੰਨ ਤੇ ਸੁਨ ਕਾਨ ਮੇਰੇ ਸਤਿਗੁਰਾਂ ਨੇ ਕੰਨਾਂ ਵਿੱਚ ਜਦੋਂ ਇਹਨਾਂ ਦੇ ਮੁਖ ਤੋਂ ਇਹ ਬਚਨ ਸੁਣੇ ਹਨ ਤਾਂ ਸ੍ਰੀ ਗੁਰਕੀਨਸ ਸ਼ਬਦ ਬਖਾਨ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਲੋਕਾਂ ਨੂੰ ਇਹ ਦਰਸਾਉਣ ਵਾਸਤੇ ਗੁਰਬਾਣੀ ਦੀ ਮਹਾਨਤਾ ਕੀ ਹੈ ਇਉਂ ਦੱਸਣ ਵਾਸਤੇ ਫਿਰ ਸ਼ਬਦ ਉਚਾਰਨ ਕੀਤਾ ਸੁਣਾਇਆ ਇਹਨਾਂ ਨੂੰ ਸ੍ਰੀ ਮੁਖਵਾਕ ਮਹੱਲਾ ਤੀਜਾ ਧੰ ਸਤਗੁਰਾਂ ਦੀ ਮੁਖਵਾਕ ਬਾਣੀ ਹੈ ਤੀਸਰੇ ਪਾਤਸ਼ਾਹ ਸਾਹਿਬਗੁਰੂ ਅਮਰਦਾਸ ਦਾ ਉਚਾਰਣ ਕੀਤਾ ਸ਼ਬਦ ਹੈ ਇਹ ਗੌੜੀ ਬੈਰਾਗਣ ਉਹ ਇਹ ਬੈਰਾਗਣ ਗੌੜੀ ਦੀ ਜਾਤੀ ਹੈ ਜਦ ਵਿੱਚ ਸ਼ਬਦ ਉਚਾਰਣ ਹੋਇਆ ਹੈ ਜੈਸੀ ਧਰਤੀ ਜੈਸੀ ਧਰਤੀ ਉੱਪਰ ਮੇਗਲਾ ਵਰਸਤ ਹੈ ਤਾਂ ਉਹ ਸਤਿਗੁਰੂ ਨੇ ਪਰਮਾਨਿਤ ਦਿੱਤਾ ਕਹਿੰਦੇ ਭਾਈ ਦੇਖੋ ਤੁਸੀਂ ਜਾਣਦੇ ਹੋ ਵੀ ਆ ਧਰਤੀ ਹੈ ਤੇ ਧਰਤੀ ਦੇ ਉੱਤੇ ਮੀਂਹ ਦੀ ਲੋੜ ਕਿਉਂ ਹੈ ਜੈਸੇ ਧਰਤੀ ਉੱਪਰ ਮੇਗਲਾ ਮੇਗ ਨਾ ਬੱਦਲਦਾ ਮੇਘਲਾ ਬਰਸਤ ਹੈ ਜਦੋਂ ਧਰਤੀ ਦੇ ਉੱਤੇ ਮੀਂਹ ਪੈਂਦਾ ਹੈ ਤੇ ਕਿੰਨੀ ਲੋੜ ਹੁੰਦੀ ਆ ਮੀਂਹ ਦੀ ਤੋਂਪ ਹੁੰਦੀ ਹੈ ਧਰਤੀ ਤੇ ਮੀਂਹ ਪਵੇ ਠੰਡ ਪੈਂਦੀ ਹੈ ਬਨਾਸਪਤੀ ਸਾਰੀ ਹਰਿਆਵਲਤਾ ਸਿਹਤ ਹੁੰਦੀ ਹੈ ਚੰਗੇ ਮਾੜੇ ਸਾਰੇ ਥਾਮਾ ਨੂੰ ਪਵਿੱਤਰ ਕਰਨ ਜਿਸ ਤਰੀਕੇ ਨਾਲ ਧਰਤੀ ਦੇ ਉੱਤੇ ਬੱਦਲ ਵਰਸਦਾ ਹੈ ਕੀ ਧਰਤੀ ਮੱਧੇ ਪਾਣੀ ਨਹੀਂ ਕੀ ਧਰਤੀ ਦੇ ਵਿੱਚ ਪਾਣੀ ਨਹੀਂ ਹੈਗਾ ਤੁਸੀਂ ਕਹਿੰਦੇ ਹੋ ਨਾ ਵੀ ਸਾਡੇ ਵੇਦ ਬਾਣੀ ਸੀ ਤੇ ਮਹਾਰਾ ਕਹਿੰਦੇ ਤੁਹਾਡੇ ਜਿਹੜੇ ਬੇਦ ਨੇ ਨਾ ਉਹ ਨੇ ਧਰਤੀ ਦੇ ਪਾਣੀ ਦੀ ਨਹੀਂ ਆਈ ਇੱਕ ਤਾਂ ਬੋਲੀ ਸੰਸਕ੍ਰਿਤ ਹੈ ਤੇ ਹੁਣ ਇਸ ਸਮੇਂ ਵਿੱਚ ਸੰਸਕ੍ਰਿਤ ਨਾਲ ਕੋਈ ਬੋਲੇ ਤੇ ਨਾ ਕੋਈ ਸਮਝੇ ਇਸ ਵਾਸਤੇ ਤੇ ਫਿਰ ਜਿਹੜਾ ਉਹਨਾਂ ਦੇ ਵਿੱਚ ਗਿਆਨ ਹੈ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਧਰਤੀ ਦੇ ਪਾਣੀ ਡੂੰਘਾ ਥੱਲੇ ਹੈ ਮਠਿੰਡੇ ਵਰਗੀ ਧਰਤੀ ਦੇ ਡੂੰਘਾ ਪਾਣੀ ਹੈ ਇਸ ਪ੍ਰਕਾਰ ਸੋ ਇਸ ਬਾਣੀ ਨੂੰ ਪੇਸ਼ਤੀਕੇ ਦੇ ਨਾਲ ਪਹਿਲਾ ਤਾਂ ਗੱਲ ਇਹ ਹੈ ਕਿ ਸਾਰਿਆਂ ਨੂੰ ਅਧਿਕਾਰ ਹੀ ਨਹੀਂ ਕਿ ਇਹਨੂੰ ਸੁਣ ਵੀ ਸਕਣਾ ਤੁਹਾਡਾ ਪਾਣੀ ਧਰਤੀ ਦੇ ਥੱਲੇ ਨੇ ਤੁਸੀਂ ਅਧਿਕਾਰ ਵਿੱਚ ਰੱਖਿਆ ਹੋਇਆ ਕਿ ਬ੍ਰਾਹਮਣ ਹੀ ਜਿਹੜਾ ਉਹੋ ਹੀ ਵੇਦਾਂ ਨੂੰ ਪੜ੍ਹੇ ਤੇ ਉਹ ਹੀ ਪੜ੍ਹਾਵੇ ਕਿਸੇ ਨੂੰ ਹੱਕ ਤਾਂ ਹੈ ਹੀ ਨਹੀਂ ਤੁਹਾਡੀ ਜਿਹੜੀ ਵੇਦ ਬਾਣੀ ਹੈ ਉਹ ਧਰਤੀ ਦੇ ਥੱਲੇ ਦੱਬਿਆ ਹੋਇਆ ਪਾਣੀ ਵਾਂਗ ਉਹਦਾ ਗਿਆਨ ਹੈ ਫਿਰ ਜਿਹੜਾ ਪੜ੍ਹੇ ਹੁਣ ਉਹਦੇ ਵਿੱਚ 1 ਲੱਖ ਸੁਰਤੀ ਸ਼ਲੋਕ ਦਾ ਨਾਮ ਸੁਰਤੀ ਹੁੰਦਾ 1 ਲੱਖ ਸ਼ਲੋਕ ਮੰਨਿਆ ਤੁਹਾਡਾ ਵੇਦਾਂ ਦਾ ਤੇ 80000 ਸੁਰਤੀ ਜਣੀ ਹੈ ਉਹ ਤੇ ਕਰਮ ਕਾਂਡ ਨੂੰ ਇਕੱਥਨ ਕਰਦੀ ਹੈ 50 ਕਰਮ ਕਰਨ ਉਹ ਫਲ ਮਿਲੂਗਾ ਆਹ ਕਰੋ ਕਰਤਿਆ ਇੱਕ ਬ੍ਰਾਹਮਣ ਇਸ ਪ੍ਰਕਾਰ ਪੁਜਾਰੀ ਸੀ ਇਸ ਪ੍ਰਕਾਰ ਸੁ ਮੰਦਰ ਦੇ ਵਿੱਚ ਤੇ ਅਸਾਨੂੰ ਕੋਈ ਇੱਕ ਮੇਰਾ ਪ੍ਰੇਮੀ ਸੀ ਉਹ ਲਿਖਤ ਕਰਿਆ ਕਰਦਾ ਸੀ ਤੇ ਅਸੀਂ ਕੁਝ ਪੁੱਛਣਾ ਸੀ ਧਰਮ ਬਾਰੇ ਤੇ ਮੈਂ ਵੀ ਆਪਣੇ ਲੱਗਾ ਹੀ ਮੰਦਰ ਹੈ ਆਪਾਂ ਪੁਜਾਰੀ ਸਾਹਿਬ ਨੂੰ ਪੁੱਛਦੇ ਆਂ ਅਸੀਂ ਚੱਲ ਗਏ ਸਵੇਰੇ ਸਵੇਰੇ ਮੰਦਰ 'ਚ ਝਾੜੂ ਦੇਂਦਾ ਸੀ ਉਹਨੂੰ ਜਾ ਕੇ ਪੁੱਛਿਆ ਭਈ ਤੁਸੀਂ ਆਪਣੇ ਧਰਮ ਦੇ ਮੁਤਾਬਕ ਆ ਜਿਹੜਾ ਇਹ ਮਰਯਾਦਾ ਇਹ ਸਾਨੂੰ ਦੱਸੋ ਅਸੀਂ ਕੋਈ ਮਰਯਾਦਾ ਪੁੱਛੀ ਉਸਨੂੰ ਤੇ ਉਹ ਹੱਸ ਪਿਆ ਕਹਿੰਦਾ ਗਿਆਨੀ ਜੀ ਕੀ ਦਸੀਏ ਸਾਡੇ ਧਰਮ ਸਾਡਾ ਸਨਾਤਨ ਧਰਮ ਹੈ ਹਰ ਇੱਕ ਨੂੰ ਮਥਾ ਟੇਕੀ ਜਾ ਤੇ ਕਹਿੰਦੇ ਸਾਡੇ ਧਰਮ ਚ ਇਹ ਹੈ ਭਈ ਜੇ ਤੁਸੀਂ ਸੋ ਔਲਾ ਖਾ ਲਿਆ ਮੰਗਲਵਾਰ ਨੂੰ ਤੇ ਉਹ ਸ਼ੁਭ ਕਰਮ ਹੈ ਤੇ ਜੇ ਸ਼ੁੱਕਰਵਾਰ ਨੂੰ ਖਾਦਾ ਤੇ ਕਹਿੰਦੇ ਭੈੜਾ ਕਰਮ ਆ ਕਹਿੰਦੇ ਸਾਡਾ ਧਰਮ ਤੇ ਐ ਹੋਇ ਜਿਹੜੇ ਧਰਮ ਦੇ ਪ੍ਰਚਾਰਕ ਨੇ ਉਹਨਾਂ ਨੂੰ ਹੀ ਆਪਣੇ ਧਰਮ ਦੇ ਅਸੂਲਾ ਤੇ ਵਿਸ਼ਵਾਸ ਨਹੀਂ ਹੈ ਪਰ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਕਹਿੰਦੇ ਕਿ ਤੁਸੀਂ ਵੇਦ ਹੀ ਪੜਦੇ ਹੋ ਨਾ ਤੁਹਾਡੇ ਵੇਦਾਂ ਦੀ ਬਾਣੀ ਤੇ ਓ ਦੱਬੀ ਪਈ ਹੈ ਗਿਆਨ ਤਾਂ ਹੈ 8000 ਸੁਰਤੀ ਕਰਮ ਕਾਂਡ ਹੈ 16000 ਸੁਰਤੀ ਜਣੀ ਆ ਉਹ ਉਪਾਸ਼ਨਾ ਕਾਂਡ ਹੈ ਤੇ 4000 ਸ਼ਲੋਕਾਂ ਵਿੱਚ ਰੱਬ ਦਾ ਗਿਆਨ ਲੱਖ ਸ਼ਲੋਕ ਪੜੇ ਤੇ 4000 ਸ਼ਲੋਕ ਤੱਕ ਪਹੁੰਚਦੇ ਆ ਉਦੀ ਸੋਚ ਕਿੱਥੋਂ ਰਹਿ ਜੋ ਗਿਆਨ ਵਾਲੀ ਇਉਂ ਤੁਹਾਡੀ ਜਿਹੜੀ ਬਾਣੀ ਆ ਨਾ ਜਿਹੜਾ ਤੁਸੀਂ ਸਵਾਲ ਕੀਤਾ ਹ ਗੁਰੂ ਨਾਨਕ ਦੀ ਬਾਣੀ ਦੀ ਕੀ ਲੋੜ ਪਈ ਕਹਿੰਦੇ ਆ ਤੈਨੂੰ ਦੱਸਦੇ ਲੋੜ ਆ ਪਈ ਹੈ ਸੋ ਜਿਸ ਦਿਨ ਦੇ ਨਾਲ ਜਿਵੇਂ ਧਰਤੀ ਉੱਪਰ ਮੇਗਲਾ ਬਰਸ ਤਿਆ ਕਿ ਧਰਤੀ ਮੱਦੇ ਪਾਣੀ ਨਹੀਂ ਕਿ ਧਰਤੀ ਵਿੱਚ ਪਾਣੀ ਹਨ ਬੱਦਲ ਦੀ ਕੀ ਲੋੜ ਹੈ ਭਾਵਸੀ ਸਾਡੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਬੱਦਲ ਹੋ ਕੇ ਬਰਸਿਆ ਕਨ ਗਰਜਿਤ ਗੋਮਿੰਦ ਰੂਪ ਮੇਰੇ ਸਾਈਂ ਗੁਰੂ ਨਾਨਕ ਸਾਹਿਬ ਜੀ ਬੱਦਲ ਰੂਪ ਹੋਏ ਨੇ ਤੇ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਸਮੁੱਚੀ ਸ੍ਰਿਸ਼ਟੀ ਬਾਤ ਤੇ ਚਾਰੇ ਵਰਨਾਂ ਨੂੰ ਸਾਝਾ ਉਪਦੇਸ਼ ਮੇਰੇ ਗੁਰੂ ਰੂਪ ਬੱਦਲ ਨੇ ਜੋ ਬਾਣੀ ਰੂਪ بارش ਕੀਤੀ ਹੈ ਜਿਸ ਤਰ੍ਹਾਂ ਬੱਦਲ ਵਰਸਦਾ ਸਭਨਾਂ ਦੇ ਉੱਤੇ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੈਸੇ ਧਰਤੀ ਮਦੈ ਪਾਣੀ ਪ੍ਰਗਾਸਿਆ ਹੁਣ ਜਿਸ ਤਰ੍ਹਾਂ ਧਰਤੀ ਦੇ ਵਿੱਚ ਪਾਣੀ ਹੈ ਤੇ ਧਰਤੀ ਦੇ ਵਿੱਚੋਂ ਜਿਹੜਾ ਪਾਣੀ ਉਹਦੇ ਵਿੱਚ ਖੂਹ ਆਪਣਾ ਜਿਹੜਾ ਲਾਉਣਾ ਪਊਗਾ ਇਸੇ ਕਾਰਨ ਸਮਾਂ ਅਜ ਖੂਹ ਹੀ ਲੱਗਦੇ ਸਨ ਹੁਣ ਤਾਂ ਮੋਰ ਆ ਗਏ ਇਸ ਤਰੀਕੇ ਦਾ ਸਮਰਸੀ ਵਾਲ ਮੋਟਰਾਂ ਆਦਿਕ ਆ ਗਈਆਂ ਤੋਂ ਭਾਵ ਤੇ ਜਿਸ ਤਰ੍ਹਾਂ ਧਰਤੀ ਮੱਦੇ ਪਾਣੀ ਪ੍ਰਗਟਸ ਧਰਤੀ ਵਿੱਚ ਕੋਈ ਖੂਹ ਲਾਉਂਦਾ ਹੈ ਤੇ ਪਾਣੀ ਪ੍ਰਗਟ ਕਰਦਾ ਹੈ ਤੇ ਫਿਰ ਜਿਹੜਾ ਉਹ ਖੂਹ ਲੱਗ ਜਾਂਦਾ ਉਹ ਕਿਸੇ ਦੀ ਵਿਰਾਸਤ ਹੈ ਉਹ ਕਹਿੰਦਾ ਮੇਰਾ ਖੂਹ ਹੈ ਫਲਾਨਿਆਂ ਤੂੰ ਨਾ ਮੇਰੇ ਖੂਹ ਤੇ ਚਣੀ ਫਲਾਨਿਆਂ ਤੂੰ ਮੇਰੇ ਖੂਹ ਤੋਂ ਪਾਣੀ ਨਹੀਂ ਪੀ ਸਕਦਾ ਇਸ ਤਰ੍ਹਾਂ ਦੇ ਨਾਲ ਤੁਹਾਡੀ ਬੇਦਬਾਣੀ ਜਿਹੜੀ ਹੈ ਨਾ ਉਹ ਤੇ ਤੁਹਾਡੇ ਅਧਿਕਾਰ ਵਿੱਚ ਬੰਨੀ ਹੋਈ ਹੈ ਕੋਈ ਸ਼ੂਦਰ ਉਹਦਾ ਦਰਸ਼ਨ ਨਹੀਂ ਕਰ ਸਕਦਾ ਕੋਈ ਉਸ ਕਿਸੇ ਵੀ ਧਰਮ ਦੀ ਔਰਤ ਉਸ ਨੂੰ ਨਾ ਸੁਣੇ ਨਾ ਪੜ੍ਹੇ ਕਹਿੰਦੇ ਤੁਹਾਡਾ ਧਰਤੀ 'ਚ ਦੱਬਿਆ ਪਿਆ ਗਿਆਨ ਹੈ ਬੇਦਾਂ ਦਾ ਬਿਨ ਪਗਾ ਵਰਸਤ ਫਿਰਾਹੀ ਪਰ ਕਹਿੰਦੇ ਜੋ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਜਿਸ ਤਰ੍ਹਾਂ ਬੱਦਲ ਬਿਨ ਪੰਗਾ ਵਰਸਤ ਫਿਰਾਹੀ ਉਹਦੇ ਪੈਰ ਨਹੀਂ ਹੈ ਤੁਹਾਡੀ ਬਾਣੀ ਦੇ ਪੈਰ ਨਹੀਂ ਹੈ ਕਿਸੇ ਥਾਂ ਤੇ ਮੱਦੀ ਹੋਈ ਹੈ ਬਿਨ ਪੰਗਾ ਜੋ ਬਿਨੋਂ ਹੀ ਪੈਰਾਂ ਤੋਂ ਬਦਲ ਆਕਾਸ਼ਾਂ ਵਿੱਚ ਉੱਡ ਕਰਕੇ ਸਭ ਪਾਸੇ ਜਿਸ ਵਲੇ بارش ਪਾਉਂਦਾ ਹੈ ਜਿਸ ਤਰ੍ਹਾਂ ਇਹ ਉਹ ਮੇਰੇ ਸਤਿਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਭ ਨੂੰ ਅਧਿਕਾਰ ਹੈ ਸਭ ਦੇ ਤਾਂ ਉਪਦੇਸ਼ ਬਦਲਦੇ ਨਹੀਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਬਾਬਾ ਤੂੰ ਐਸੇ ਭਰਮ ਚੁਕਾਹੀ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਅਲ ਧਿਆਨ ਕਰਕੇ ਏ ਮੇਰੇ ਬਾਬਾ ਸਤਿਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਤੁਸੀਂ ਦੁਨੀਆ ਦਾ ਭਰਮ ਦੂਰ ਕਰ ਰਹੇ ਹਾਂ ਬਾਣੀ ਦੁਆਰਾ ਇਉਂ ਬਖਸ਼ਿਸ਼ਾਂ ਕਰ ਰਏ ਸਭ ਦੇ ਤਾਈ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਇੱਥੇ ਜਿਹੋ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਹੀ ਹੈ ਆਪਣਾ ਜੀਵਨ ਜਿਹੜਾ ਉਸ ਦਾ ਤੈਸੇ ਜਾਏ ਸਮਾਹੀ ਤੇ ਉਹੋ ਜੇ ਕਰਮਾਂ ਅਨੁਸਾਰ ਜਾ ਕਰਕੇ ਸਮਾ ਜਾਂਦਾ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਉਹੋ ਜੇ ਉਸ ਦੇ ਤਾਈ ਫਲ ਮਿਲਦਾ ਹੈ ਰਹਾਉ ਵਿਸ਼ਰਾਮ ਦੇ ਕੇ ਸੰਤੂਨੀ ਬਖਸ਼ਿਸ਼ ਕਰਦੇ ਹਨ ਇਸਤਰੀ ਪੁਰਖ ਹੋਏ ਕੈ ਤੋਂ ਕਹਿੰਦੇ ਦੇਖੋ ਔਰਤ ਹੈ ਪੁਰਖ ਹੈ ਪਰਮੇਸ਼ਵਰ ਨੇ ਇਹ ਬਣ ਜਾਦਾ ਬਣਾਈ ਹੈ। ਕਿਆ ਓਏ ਕਰਮ ਕਮਾਹੀ ਤੋ ਕਿਹੋ ਜਿਹਾ ਕਰਮ ਕਰਦੇ ਹਨ ਤੈਸੇ ਜਾਇ ਸਮਾਹੀ। ਤੋ ਕਹਿੰਦੇ ਜਿਹੋ ਜੇ ਕਰਮ ਕਰਦੇ ਨੇ ਇਸਤਰੀ ਹੈ ਪੁਰਸ਼ ਹਰ ਬੰਦਾ ਜਿਹੋ ਜੇ ਕਰਮ ਕਰਦਾ ਹੈ। ਨਾਨਾ ਰੂਪ ਸਦਾ ਹੈ ਤੇਰੇ। ਏ ਮੇਰੇ ਮਾਲਕ ਜੀ ਹਜੂਰ ਕਹਿੰਦੇ ਸਾਡੇ ਗੁਰੂ ਨਾਨਕ ਜੀ ਕਹਿੰਦੇ ਨੇ ਏ ਮੇਰੇ ਮਾਲਕ ਜੀ ਸਾਰੇ ਤੇਰੇ ਹੀ ਰੂਪ ਹੈ। ਸਮਨਾ ਵਿੱਚ ਤੂੰ ਵਰਤਦਾ ਮੇਰੇ ਸਾਹ ਸਾਰਿਆਂ ਵਿੱਚ ਤੂੰ ਹੀ ਵਰਤਨਾ ਸਾਰੇ ਤੇਰੇ ਹੀ ਰੂਪਾਂ ਜੋ ਦੀਸੇ ਸੋ ਤੇਰਾ ਰੂਪ ਹੈ ਤੁਝ ਹੀ ਮਾਹ ਸਮਾਹੀ ਤੇ ਮਾਲਕ ਜੀ ਤੇਰੇ ਵਿੱਚ ਜਾ ਕੇ ਸਮਾਉਂ ਤੁਹਾਡੇ ਵੇਦ ਕਹਿੰਦੇ ਨੇ ਕਰਮਾਂ ਅਨੁਸਾਰ ਜੀਵ ਜਿਹੜੇ ਉਹ ਫਲ ਭੋਗਦੇ ਨੇ ਉੱਚੇ ਨੀਵੇਂ ਸੋ ਜੁਨਾ ਵਿੱਚ ਪਾਏ ਜਾਂਦੇ ਹੈ ਕਹਿੰਦੇ ਮੇਰੇ ਗੁਰੂ ਨਾਨਕ ਕਹਿੰਦੇ ਨੇ ਰੱਬ ਨੇ ਪ੍ਰਬੰਧ ਕੀਤਾ ਹੋਇਆ ਚਾਹੇ ਔਰਤ ਹੈ ਚਾਹੇ ਪੁਰਸ਼ ਹੈ ਸਾਰਿਆਂ ਨੂੰ ਹੀ ਮੇਰੇ ਸਤਿਗੁਰੂ ਪਾਸ਼ਾ ਦਾ ਉਪਦੇਸ਼ ਹੈ ਸਭਨਾਂ ਵਿੱਚ ਮੇਰੇ ਵਾਹਿਗੁਰੂ ਦੀ ਜੋਤ ਹੈ ਤੇ ਅਖੀਰ ਸੰਤ ਸਾਰਿਆਂ ਨੇ ਜਾ ਕਰਕੇ ਵਾਹਿਗੁਰੂ ਪਰਮੇਸ਼ਰ ਵਿੱਚ ਹੀ ਦੀਨ ਹੋ ਜਾਣਾ ਹੈ ਕਿਤਨੇ ਜਨਮ ਭੂਲ ਪਰੇ ਸੀ ਕਹਿੰਦੇ ਐਨੇ ਜਨਮਾਂ ਤੱਕ ਸਤਜੁਗ ਤੋਂ ਲੈ ਕਰਕੇ ਕਾਲਯੁਗ ਤੱਕ ਭੁੱਲ ਕਰਕੇ ਜੂਨਾ ਵਿੱਚ ਜਿਹੜੇ ਪਾਏ ਹੋਏ ਸਾਰੀਆਂ ਰੂਹਾਂ ਹਨ ਜਾ ਪਾਇਆ ਤਾਂ ਭੁੱਲੇ ਨਹੀਂ ਜਦੋਂ ਗੁਰੂ ਨਾਨਕ ਦਾ ਉਪਦੇਸ਼ ਪ੍ਰਾਪਤ ਕੀਤਾ ਬ੍ਰਹਮ ਗਿਆਨ ਹੋਇਆ ਤੇ ਭੁੱਲ ਕੋਈ ਨਾ ਰਹੀ ਸਮਝ ਜਾ ਕਿ ਇਹਦਾ ਖੇਲ ਮੇਰੇ ਮਾਲਕ ਦਾ ਰਚਿਆ ਹੋਇਆ ਹੈ ਜਾ ਕਾ ਕਾਰਜ ਸੋਈ ਪਰ ਜਾਣੈ ਇਸ ਵਾਸਤੇ ਇਹ ਸੰਨਿਆਸੀ ਇਹ ਪੰਡਤ ਵਿਦਵਾਨ ਵੇਦ ਪਾਠਿਓ ਜਿਹੋ ਜਿਹਾ ਮੇਰਾ ਮਾਲਕ ਵਾਹਿਗੁਰੂ ਹੈ ਹੈ ਜੇ ਹੋਇਆ ਉਸ ਪਰਮੇਸ਼ਰ ਨੇ ਇਹ ਰਚਨਾ ਰਚੀ ਹੋਈ ਹੈ ਉਹ ਹੀ ਜਾਣਦਾ ਹੈ ਜੇ ਗੁਰ ਕੈ ਸ਼ਬਦ ਸਮਾਹੀ ਜੇ ਗੁਰੂ ਦੇ ਸ਼ਬਦ ਦੁਆਰਾ ਉਸ ਵਾਹਿਗੁਰੂ ਵਿੱਚ ਸਮਾਈ ਹੋ ਜਾਏ ਪਰਮੇਸ਼ਰ ਵਿੱਚ ਇਹ ਸਾਡੀ ਸੋ ਪਰਤਕ ਜੋਤ ਜਿਹੜੀ ਹੈ ਅਦਵੈਤਾ ਆਨੰਦ ਚੇਤਨ ਵਿੱਚ ਮਿਲ ਜਾਵੇ ਫਿਰ ਇਹਨੂੰ ਸਮਝ ਆਉਂਦੀ ਹੈ ਕਿ ਮੇਰੇ ਮਾਲਕ ਨੇ ਖੇਲ ਰਚਿਆ ਸਾਰਾ ਤੇਰਾ ਸ਼ਬਦ ਤੂੰ ਹੈ 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 ਆਪੇ ਏ ਮੇਰੇ ਮਾਲਕ ਸੋ ਅਕਾਲ ਪੁਰਖ ਜੀ ਤੇਰਾ ਸ਼ਬਦ ਤੇਰਾ ਹੁਕਮ ਹੈ ਤੇ ਆਪ ਹੀ ਤੋਂ ਸ਼ਬਦ ਰੂਪ ਹੁਕਮ ਹੋ ਕਰਕੇ ਵਰਤ ਰਿਹਾ ਹੈ ਭਰਮ ਕਹਾ ਹੀ ਤੇ ਭਰਮ ਕਿੱਥੇ ਰਹਿ ਜਾਂਦਾ ਮੇਰੇ ਸਾਹਿਬ ਗੁਰੂ ਨਾਨਕ ਦਾ ਸ਼ਬਦ ਜਿਹੜਾ ਵੀ ਇਸ ਪ੍ਰਕਾਰ ਜੁੜ ਜਾਂਦਾ ਸ਼ਬਦ ਨਾਲ ਇਹ ਜਿਹੜਾ ਤੁਹਾਨੂੰ ਭੁਲੇਖਾ ਪਿਆ ਨੇ ਸਾਰਾ ਹੀ ਨਿਕਲ ਜਾਂਦਾ ਹੈ ਨਾਨਕ ਤਤ ਤਤ ਸਿਮ ਮਿਲਿਆ ਭਾਈ ਇਓ ਗੁਰੂ ਦੇ ਸ਼ਬਦ ਵਿੱਚ ਜੁੜ ਕਰਕੇ ਇਹ ਤਤ ਜੀਵ ਤਤ ਪਰਮ ਤਤ ਵਿੱਚ ਨੀਨ ਹੋ ਜਾਂਦਾ ਹੈ ਪੁਨਰਪ ਜਨਮ ਨ ਆਹੀ ਫੇਰ ਜਨਮ ਨਹੀਂ ਹੁੰਦਾ ਪਾਵਸੀ ਸਾਹਿਬ ਗੁਰੂ ਨਾਨਕ ਪਾਤਸ਼ਾਹੀ ਦੀ ਬਾਣੀ ਜਿਹੜੀ ਹੈ ਜਿਹੜਾ ਵੀ ਬਾਣੀ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਉਸ ਨੂੰ ਮੁਕਤੀ ਪ੍ਰਦਾਨ ਕਰਦੀ ਪਰਮੇਸ਼ਰ ਅਪੇਧਤਾ ਬਖਸ਼ਿਸ਼ ਕਰਦੀ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਇਸ ਲਈ ਲੋੜ ਸੀ ਤੁਹਾਡੀਆਂ ਪਾਬੰਦੀਆਂ ਸਨ ਗੁਰੂ ਨਾਨਕ ਬਦਲ ਦੀ ਨਿਆਂ ਖੁੱਲਾ ਮਹਾਰਾ ਨੇ ਆਜ਼ਾਦੀ ਆਜ਼ਾਦ ਤੌਰ ਤੇ ਇਹ ਬਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ ਤੇ ਸਭਨਾਂ ਦਾ ਉਧਾਰ ਤੇ ਮੁਕਤੀ ਦੇਣ ਵਾਲੀ ਬਾਣੀ ਹੈ ਸਤਿਗੁਰਾਂ ਦੀ ਚੌਪਈ 베ਦਪੁਰਾਨਨ ਕੋ ਉਪਦੇਸ਼ ਹੁਣ ਕਵੀ ਜੀ ਟੀਕਾ ਕਰਦੇ ਨੇ ਇਸ ਸ਼ਬਦ ਦਾ ਕਿ 베ਦਾਂ ਤੇ ਪੁਰਾਣਾਂ ਦਾ ਜਿਹੜਾ ਤੁਹਾਡਾ ਉਪਦੇਸ਼ ਹੈ ਕਿਸ ਹੂ ਕੋ ਪ੍ਰਾਪਤ ਕਿਸ ਦੇਸ ਤੋ ਕਿਸੇ ਇਲਾਕੇ ਵਿੱਚ ਤੇ ਕਿਸੇ ਕਿਸੇ ਨੂੰ ਪ੍ਰਾਪਤ ਹੈ प्रथमे ਨੀਕੀ ਹੋਵਹਿ ਜਾਤ ਤੋ ਇਹਦੇ ਵਾਸਤੇ ਪਹਿਲਾਂ ਤੇ ਕਹਿੰਦੇ ਵੀ ਜਾਤ ਚੰਗੀ ਹੋਣੀ ਚਾਹੀਦੀ ਹੈ ਬ੍ਰਾਹਮਣ ब्राह्मणਾਂ ਦੇ ਵਿੱਚ ਵੀ ਇਹਨਾਂ ਦੇ ਉੱਚੇ ਨੀਵੇਂ ਗੋਤ ਆ। ਕਿਤੇ ਇਹਨਾਂ ਦੇ ਵਿੱਚ ਬਰੀਕੀ ਨਾਲ ਦੇਖੀਂ ਨਾ, ਬ੍ਰਾਹਮਣਾਂ ਤੋਂ ਵੀ ਬ੍ਰਾਹਮਣ ਨਫ਼ਰਤ ਕਰਦੇ ਨੇ। ਕਹਿੰਦੇ ਇਹਦੀ ਕੁਲ ਮਾੜੀ ਐ, ਇਹਦੀ ਜਾਤ ਨਹੀਂ, ਗੋਤ ਨਹੀਂ ਚੰਗੀ ਐ। ਉਹਨਾਂ ਨੂੰ ਅਧਿਕਾਰ ਨਹੀਂ ਆ ਜੇ ਵੇਦ ਸੁਣਨ ਦਾ। ਤੋਂ ਕਹਿੰਦੇ ਇਸ ਵਾਸਤੇ ਸੋ ਚੰਗੀ ਕਦੇ ਜਾਤ ਹੋਣੀ ਚਾਹੀਦੀ ਆ ਤਾਂ ਵੇਦਾਂ ਦਾ ਗਿਆਨ ਸੁਣੇ ਪੜੇ। ਪੁਨ ਤਿਸਤੇ ਚਹ ਮਤ ਆਵ ਆਵਦਾਤ ਹੁਣ ਕਹਿੰਦੇ ਠੀਕ ਐ। ਜੇ ਜਾਤ ਕਿਸੇ ਦੀ ਉੱਚੀ ਆ ਬ੍ਰਾਹਮਣਾਂ ਦੇ ਘਰ ਜਾਂਦੇ ਆ ਤੇ ਜਿਸ ਵਿਚਾਰੇ ਦੀ ਬੁੱਧੀ ਹੈ ਨਹੀਂ ਸੋਚ ਹੀ ਨਹੀਂ ਹੈ ਤੇ ਉਹ ਕਿਵੇਂ ਭਾਈ ਤੁਹਾਡਾ ਗਿਆਨ ਲੈ ਲੂਗਾ ਉਹ ਤਾਂ ਸਧਾਰਨ ਬੰਦਾ ਹੈ ਉਹਨੂੰ ਸਮਝ ਹੀ ਨਹੀਂ ਆਉਂਦੀ ਸੰਸਕ੍ਰਿਤ ਵਿੱਚ ਕੀ ਆਖਿਆ ਹੈ ਬਹੁਰ ਅਭਿਆਸ ਕਮਾਵਹਿ ਕਨੋ ਫਿਰ ਕਹਿੰਦੇ ਤੇਜ ਬੁੱਧੀ ਹੋਵੇ ਫਿਰ ਭਾਰੀ ਅਭਿਆਸ ਕਰੇ ਹੁਣ ਵੇਦ ਨੂੰ ਪੜਨ ਵਾਸਤੇ ਅਸੀਂ ਤਾਂ ਨਾ ਬੱਚਿਆਂ ਨੂੰ ਹੁਣ ਇਸ ਪ੍ਰਕਾਰ ਊੜਾਣਾ ਬਣਾਇਆ ਤੇ ਮਹਾਰਾਜ ਦੀ ਬਾਣੀ ਪੜ ਚਲੋ ਬੱਚਿਓ ਗੁਟਕਾ ਪੜ ਜਪਜੀ ਸਾਹਿਬ ਦਾ ਪਾਠ ਕਰੋ ਚਲੋ ਭਈ ਮਹਾਰਾਜ ਦੇ ਪਾਠੀ ਬਣ ਜਾਓ ਸਾਡਾ ਤਾਂ ਸਿਧਾਂਤ ਬਾਣੀ ਦਾ ਇਹ ਹੈ ਨਾ ਪਰ ਇਹਨਾਂ ਦਾ ਇਹ ਨਹੀਂ ਹੈ ਕਹਿੰਦੇ ਜਿਸ ਨੇ ਵੇਦ ਨੂੰ ਹੱਥ ਲਾਉਣਾ ਨਾ ਪੜਨ ਵਾਸਤੇ ਪਹਿਲਾਂ ਸੋ ਵੇਦ ਦੇ 6 ਅੰਗ ਨੇ ਇੱਕ ਇੱਕ ਅੰਗ ਦਾ ਪਾਠ ਕਰੇ ਜਿਸ ਤਰ੍ਹਾਂ ਪੋਥੀਆਂ ਨਾਲ ਸਾਡੀਆਂ ਸੋ ਟਕਸਾਲ ਦੇ ਵਿੱਚ ਅਸੀਂ ਪਹਿਲੇ ਅੱਖਰ ਪੜਾ ਕੇ ਫਿਰ ਸੋ ਇਸ ਪ੍ਰਕਾਰ ਪੰਜ ਗ੍ਰੰਥੀ 22 12 ਭਗਤ ਬਾਣੀ ਪੜਾ ਕੇ ਫਿਰ ਮਹਾਰਾਜ ਦੇ ਪਾਠ ਤੇ ਅਸੀਂ ਜੋ ਹੈ ਸੋ ਵਿਦਿਆਰਥੀਆਂ ਨੂੰ ਲਾਉਨੇ ਆ ਤੇ ਇਸ ਪ੍ਰਕਾਰ ਅੰਗ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਇਹ ਪੋਥੀਆਂ ਜਿਹੜੀਆਂ ਨੇ ਵੇਦ ਦੇ ਛੇ ਅੰਗ ਨੇ ਉਹ ਪਹਿਲਾਂ ਛੇ ਅੰਗ ਪੜ੍ਹਨੇ ਪੈਂਦੇ ਨੇ ਘੱਟੋ-ਘੱਟ 12 ਸਾਲ ਲੱਗਦੇ ਹਨ ਉਹਨਾਂ ਨੂੰ ਪੜ੍ਹਨ ਵਾਸਤੇ ਤੇ 12 ਸਾਲ ਜਿਹਨੇ ਉਹ ਪੜ੍ਹੇ ਉਹ ਤੋਂ ਬਾਅਦ ਫਿਰ ਵੇਦ ਨੂੰ ਪੜ੍ਹਨਾ ਸ਼ੁਰੂ ਕਰੇ ਤੇ 12 ਸਾਲ ਫਿਰ ਵੇਦ ਦੀ ਪੜ੍ਹਾਈ ਵਿੱਚ ਲੱਗਦੇ ਕਿਉਂਕਿ ਇਥੋਂ ਸ਼ਬਦ ਬਣਿਆ ਇਹਦੀ ਵਿਤਪਤੀ ਕੀ ਹੈ ਇਹਦੀ ਉਤਪਤੀ ਕਿਵੇਂ ਹੋਈ ਇਹਦਾ ਧਾਤੂ ਕੀ ਹੈ ਇਸਦਾ ਨਿਰੁਕਤ ਕੀ ਹੈ ਇਸ ਤਿੱਕੇ ਦੇ ਨਾਲ ਉਹਨਾਂ ਦੀਆਂ ਸੰਧੀਆਂ ਕੱਢ-ਕੱਢ ਕਰਕੇ ਤੇ ਉਹਦੇ ਅਰਥਾਂ ਨੂੰ ਸਮਝਣਾ ਤੋ ਕਹਿੰਦੇ ਇਸ ਤਰੀਕੇ ਦੇ ਨਾਲ ਕੋਈ 25 30 ਸਾਲ ਲਾ ਕਰਕੇ ਕੋਈ ਵੇਦ ਦਾ ਪਾਠ ਹੀ ਬਣਾਉਗਾ ਇਹ ਤੁਹਾਡੀ ਵਿੱਦਿਆ ਜਿਹੜੀ ਹੈ ਨਾ ਇਸ ਤਰ੍ਹਾਂ ਦੀ ਕਠਨ ਹੈ ਦੂਰ ਦੂਰ ਬੈਠ ਤੱਕ ਬਹੂ ਪਨੋ ਤੇ ਫਿਰ ਤੁਸੀਂ ਲੋਕ ਲੋਕ ਕਰਕੇ ਦੁਨੀਆ ਤੋਂ ਨਾ ਫਿਰ ਵੇਦਾਂ ਦਾ ਪਾਠ ਕਰਦੇ ਹੋ ਕੋਈ ਸੁਣ ਨਾ ਲਵੇ ਇਥੋਂ ਤੱਕ ਇਹਨਾਂ ਦਾ ਸ਼ਰ ਹੈ ਵੀ ਆਪਣਾ ਵੇਦਾਂ ਦੀ ਕਿ ਜੇ ਸ਼ੂਦਰ ਕਿਤੇ ਕੰਨਾਂ ਦੇ ਵਿੱਚ ਵੇਦ ਦਾ ਸ਼ਲੋਕ ਸੁਣ ਲੈ ਨਾ ਛਿੱਕਾ ਢਾਲ ਕੇ ਉਹਦੇ ਕੰਨਾਂ 'ਚ ਪਾ ਕੇ ਬੰਦ ਕਰ ਦੇ ਕਿਉਂ ਸੁਣਿਆ ਮੇਦ ਅਧਿਕਾਰ ਨਹੀਂ ਕਹਿੰਦੇ ਤੁਸੀਂ ਤਾਂ ਐਉਂ ਖੂਹ ਦੇ ਪਾਣੀ ਦੀ ਨਿਆਈ ਤੇ ਬੰਨ ਕੇ ਰੱਖੀ ਹੋਈ ਵਿਦਿਆ ਕੀ ਭਲਾ ਕਰੂ ਕਿਸੇ ਦਾ ਕੁਨਹਿ ਪ੍ਰੇਮ ਪਰਲੋਕ ਕਰੇ ਜੋ ਤੇ ਫਿਰ ਇਸ ਨੂੰ ਇੰਨੀ ਕਠਨ ਵਿਦਿਆ ਦਾ ਅਭਿਆਸ ਕਰੇ ਫਿਰ ਪਰਲੋਕ ਵਿੱਚ ਪ੍ਰੇਮ ਕਰੇ ਮੁਕਤੀਆਂ ਵੀ ਥੋੜਾ ਮਿਲਦੀ ਹੈ ਇਹ ਪੜ ਲਿਆ ਪਾਠੀ ਬਣ ਗਿਆ ਤੇ ਇੰਨੇ ਨਾਲ ਤਾਂ ਗੱਲ ਨਹੀਂ ਬਣੀ ਪਰਲੋਕ ਦੇ ਵਿੱਚ ਉਹਦੀ ਪ੍ਰੀਤ ਹੋਵੇ ਕਿ ਮੈਂ ਪਰਲੋਕ ਵਿੱਚ ਆਪਣਾ ਭਲਾ ਕਰਨਾ ਹੈ ਕੋਟ ਮਦੇ ਨਰ ਕੋ ਨਿਤਰੇ ਜੋ ਤੇ ਕਹਿੰਦੇ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੀ ਨਿਤਰੂਗਾ ਜਿਹੜਾ ਇੱਥੋਂ ਤੱਕ ਇਸ ਪਦੀਵੀ ਤੱਕ ਪਹੁੰਚੇਗਾ ਬੇਦਾਂ ਪੜ ਕੇ ਜਥਾ ਕੂਪ ਕੋ ਨੀਰ ਪਛਾਨ ਇਸ ਵਾਸਤੇ ਤੈਨੂੰ ਦੱਸਿਆ ਵੀ ਜਿਸ ਤਰ੍ਹਾਂ ਖੂਹ ਦਾ ਪਾਣੀ ਹੈ ਨਾ ਇਓ ਤੁਹਾਡੀ ਵਿਦਿਆ ਹੈ ਕੋ ਜਬ ਘਾਲੇ ਹਕਾਲ ਮਹਾਨ ਭਾਰੀ ਕਾਲਣਾ ਕੋਈ ਘਾਲੇ ਜਿਵੇਂ ਖੂਹ ਪਟਣਾ ਕਰਕੇ ਫਿਰ ਜੇ ਖੂਹ ਵੀ ਹੋਵੇ ਫਿਰ ਰੱਸੀ ਚਾਹੀਦੀ ਹੈ ਫਿਰ ਥੱਲੇ ਬਰਤਨ ਚਾਹੀਦਾ ਜਿੱਦ ਨਾਲ ਉਹਦੇ ਵਿੱਚੋਂ ਪਾਣੀ ਖਿੱਚ ਕੇ ਕਢਣਾ ਹੈ ਸਰੀਰ ਦਾ ਬਲ ਚਾਹੀਦਾ ਹੈ ਤੁਹਾਡਾ ਵਿਚਾਰਾ ਦੇ ਹੱਥ ਪੈਰ ਕੰਬਦੇ ਕਿੱਥੋਂ ਪਾਣੀ ਕਢ ਕੇ ਪੀ ਲੂੰਗਾ ਨਿੱਜ ਹਿੱਤ ਕੋਸ਼ ਖੇਤੀ ਕਰ ਲੇਤ ਤੇ ਖੂਹ ਲਾ ਲਵੇ ਕੋਈ ਤੇ ਆਪਣੇ ਜੋਗ ਕੋਈ ਇੱਕ ਦੋ ਕਿਆਰੇ ਸਿੰਜ ਕਰਕੇ ਕੋਈ ਥੋੜੀ ਮੋਤੀ ਜਣੀਆ ਫਸਲ ਪੈਦਾ ਕਰ ਲੂਗਾ ਜੇ ਨਿਤ ਪਾਲਨ ਸੋ ਕਰ ਹੇਤ ਜਿਹੜਾ ਨਿਤ ਪ੍ਰਤੀ ਹਿਤ ਕਰਕੇ ਪ੍ਰੇਮ ਨਾਲ ਪਾਲਣਾ ਕਰੇਗਾ ਉਹਨਾਂ ਫਸਲ ਦੀ ਸ੍ਰੀ ਸਤਗੁਰ ਕੋ ਸ਼ਬਦ ਸੁਖਾਰੋ ਤੇ ਮੇਰੇ ਸਤਗੁਰੂ ਪਾਤਸ਼ਾਹ ਦਾ ਸ਼ਬਦ ਸੌਖਾ ਹੈ ਗੁਰੂ ਨਾਨਕ ਪਾਸ਼ਾ ਨੇ ਬਾਣੀ ਕਹਿੰਦੇ ਬਾਣੀ ਦੀ ਮਹਿਮਾ ਇਹ ਹੈ ਵੀ ਮੇਰੇ ਸਤਿਗੁਰਾਂ ਦੇ ਸਾਡੀ ਹੀ ਭਾਸ਼ਾ ਵਿੱਚ ਸਾਡੀ ਬੋਲੀ ਵਿੱਚ ਸ਼ਬਦ ਸੌਖੇ ਬਖਸ਼ੇ ਨੇ ਮਹਾਰਾਜ ਨੇ ਸਰਬਜਾਤ ਕੋ ਹੈ ਅਧਿਕਾਰੋ ਤੇ ਤੁਹਾਡੇ ਵਾਂਗੂ ਪਾਬੰਦੀ ਨਹੀਂ ਹੈ ਸਭ ਜਾਤਾਂ ਨੂੰ ਅਧਿਕਾਰ ਹੈ ਤੇ ਜਿਹੜਾ ਵੀ ਕੋਈ ਇਸ ਪ੍ਰਕਾਰ ਸੋ ਇਸ ਨੂੰ ਪੜ ਸਕਦਾ ਹੈ ਸਰਬਕਾਲ ਅਰ ਸਗਰੇ ਦੇਸ ਸਾਰੇ ਦੇਸ਼ਾਂ ਵਿੱਚ ਤੇ ਸਾਰੇ ਸਮਿਆਂ ਦੇ ਵਿੱਚ ਮਹਾਰਾਜ ਦੀ ਬਾਣੀ ਲਗ ਵਿਸਾਲ ਸਭ ਹਤ ਹੈ ਕਲੇਸ਼ ਭਾਵੇਂ ਕੋਈ ਛੋਟਾ ਤੇ ਭਾਵੇਂ ਕੋਈ ਵੱਡਾ ਜਿਹੜਾ ਵੀ ਮਹਾਰਾਜ ਦੀ ਬਾਣੀ ਇਹ ਸੌਖੀ ਬਾਣੀ ਨੂੰ ਪੜਨ ਲੱਗ ਪਏ ਆਪਣੇ ਕਲੇਸ਼ਾਂ ਨੂੰ ਦੂਰ ਕਰ ਲੈਂਦਾ ਬਾਣੀ ਪੜ੍ਹ ਕਰਕੇ ਸਮਝ ਕੇ ਧਨੀ ਨਿਰ ਧਨੀ ਸਭ ਲੈ ਪਾਏ ਫਿਰ ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਹੈ ਜਿਹੜਾ ਮਹਾਰਾਜ ਦੀ ਬਾਣੀ ਪੜ੍ਹੇ ਜਪਜੀ ਸਾਹਿਬ ਦਾ ਪਾਠ ਕਰੇਗਾ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ ਉਠਤ ਬੈਠਤ ਹਰ ਗੁਣ ਗਾਏ ਉੱਠਦਿਆਂ ਬੈਹਦਿਆਂ ਵਾਹਿਗੁਰੂ ਦਾ ਗੁਣ ਗਾਈਂ ਜੇ ਸ਼ਬਦ ਪੜ੍ਹੀ ਜੋ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਬਿਨਾਂ ਸੌਚ ਕੇ ਕਰੇ ਸੁਨਾਨ ਇਸ ਪ੍ਰਕਾਰ ਤੋ ਫਿਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਅਸੀਂ ਸ਼ੌਚ ਇਸ਼ਨਾਨ ਕਰਕੇ ਕਰਹਿ ਭਜਨ ਪਾਵਹਿ ਕਲਿਆਣ ਤਾਂ ਭਾਈ ਇਸ ਪ੍ਰਕਾਰ ਜਿਹੜਾ ਵੀ ਭਜਨ ਕਰੇਗਾ ਸਰੀਰ ਦੀ ਪਵਿੱਤਰਤਾ ਕਰਕੇ ਮਹਾਰਾਜੀ ਬਾਣੀ ਪੜੇ ਤੋ ਜਿਸ ਵੇਲੇ ਨਿਤਨੇਮ ਕਰਨੇ ਅੰਮ੍ਰਿਤ ਵੇਲਾ ਤੇ ਗੁਰਮੁਖ ਨਾਮਦਾਨ ਇਸ਼ਨਾਨ ਦਾ ਨਿਸ਼ਚਾ ਹੈ ਤੇ ਬਾਕੀ ਸਾਰਾ ਦਿਨ ਜੜਾ ਹੈ ਤੋ ਭਾਈ ਤੁਸੀਂ ਮਹਾਰਾਜ ਦਾ ਸ਼ਬਦ ਪੜਹੀ ਜਾਓ ਇਹ ਤੇ ਨਹੀਂ ਨਾ ਵੀ ਤੁਸੀਂ ਤਿੰਨ ਸਮੇਂ ਸੰਧਿਆ ਕਰਨੀ ਹੈ ਤਿੰਨੇ ਹੀ ਸਮੇਂ ਇਸ਼ਨਾਨ ਕਰੋ ਤਾਂ ਹੀ ਸੰਧਿਆ ਕਰੋ ਮਹਾਰਾਜ ਦੀ ਬਾਣੀ ਹੈ ਇਸ਼ਨਾਨ ਕਰੋ ਅੰਮ੍ਰਿਤ ਵੇਲੇ ਨਿਤਨੇਮ ਕਰੋ ਤੇ ਸਾਰਾ ਦਿਨ ਨਾਲੇ ਕਾਰਵਿਹਾਰ ਕਰੋ ਤੇ ਨਾਲੇ ਭਾਈ ਮਹਾਰਾਜ ਦੀ ਬਾਣੀ ਵੱਲ ਧਿਆਨ ਰੱਖੋ ਸ਼ਬਦ ਵਿੱਚ ਸੋ ਗੁਰਮੰਤਰ ਦੇ ਵਿੱਚ ਧਿਆਨ ਜੋੜੀ ਰੱਖੋ ਸਿਮਰਨ ਕਰੀ ਜਾਓ ਕੋਈ ਪਾਬੰਦੀ ਨਹੀਂ ਹੈ ਨੀਚ ਊਚ ਸਭ ਕੋ ਇੱਕ ਸਾਰ ਭਾਵੇਂ ਤੁਸੀਂ ਕਿਸੇ ਨੂੰ ਉੱਚਾ ਤੇ ਨੀਵਾਂ ਰੱਖਿਆ ਦਰਜਾ ਗੁਰੂ ਨਾਨਕ ਦੇ ਘਰ ਵਿੱਚ ਸਾਰੇ ਸਮਾਨ ਨੇ ਸੋ ਸਭਨਾਂ ਨੂੰ ਬਰਾਬਰਤਾ ਦਾ ਦਰਜਾ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਕੋਈ ਵੀ ਜੱਪੇ ਮਹਾਰਾਜ ਦੀ ਬਾਣੀ ਜੋ ਜੋ ਚੋਪੈ ਤੇ ਇਸ ਕੀ ਗਤ ਹੋਏ ਤਿਸ ਪਰ ਸੁਨ ਦ੍ਰਿਸ਼ਟਾਤ ਉਦਾਰ ਕਹਿੰਦੇ ਸ੍ਰੇਸ਼ਟ ਤੈਨੂੰ ਪ੍ਰਮਾਣ ਦੇ ਕੇ ਸਮਝਾਉਂਦੇ ਆ ਸੁਣੋ ਤੁਸੀਂ ਵੇਦ ਪੁਰਾਨ ਕੂਪ ਜਲ ਜੈਸੇ ਜਿਸ ਤਰ੍ਹਾਂ ਵੇਦਾਂ ਪੁਰਾਣਾਂ ਦਾ ਗਿਆਨ ਜਿਹੜਾ ਉਹ ਤਾਂ ਖੂਹ ਦੇ ਜਲ ਵਰਗਾ ਹੈ ਬਰੋਸਾ ਇੱਕ ਇੱਕ ਕਿਤ ਕੈਸੇ ਇਹ ਕੋਈ ਵੀ ਵੱਡਾ ਹੀ ਕੋਈ ਪ੍ਰੇਮੀ ਹੋਊਗਾ ਕਿਸੇ ਦਾ ਨਜ਼ਦੀਕੀ ਤੇ ਇੱਕ ਅੱਧਾ ਕਿਹੜਾ ਕਿਸੇ ਦਾ ਸਿੰਜ ਦੂਗਾ ਵੀ ਚੱਲ ਵੀ ਇਨਾਂ ਕੋ ਤੁਮੀ ਆਪਣਾ ਪਾਣੀ ਲਾ ਲਾ ਆਪਣੇ ਖੇਤ ਨੂੰ ਕਹਿੰਦੇ ਇੰਨਾ ਕੀ ਕਰ ਸਕਦਾ ਹੈ ਜਿੱਦਾਂ ਸਤ ਗੁਰ ਬਾਣੀ ਮੇਗ ਸਮਾਨ ਮੇਰੇ ਸਤ ਗੁਰਾਂ ਦੀ ਬਾਣੀ ਬੱਦਲ ਦੇ ਸਮਾਨ ਬਰਾਬਰ ਹੈ ਬਰਖੈ ਚੌਹ ਦਿਸ ਬਖੈ ਮਹਾਨ ਤੇ ਚਾਰੋ ਹੀ ਦਿਸ਼ਾਂ ਦੇ ਵਿੱਚ ਮੇਰੇ ਸਤ ਗੁਰੂ ਜੀ ਜਿਵੇਂ ਬੱਦਲ ਵਰਸ਼ਦਾ ਨਾ ਚੌਹਾਂ ਵਰਨਾਂ ਨੂੰ ਹੀ ਅਧਿਕਾਰ ਹੈ ਚੌਹਾਂ ਮਜਬਾਂ ਨੂੰ ਅਧਿਕਾਰ ਹੈ ਕੋਈ ਮੁਸਲਮਾਨ ਹੋਏ ਕੋਈ ਐਸਾਈ ਹੋਏ ਕੋਈ ਹਿੰਦੂ ਹੋਏ ਕੋਈ ਸੇਖੋ ਹੋਏ ਬਾਣੀ ਪੜੇ ਸ਼ਰਧਾ ਕਰੇ ਭਾਵਨਾ ਸਹਿਤ ਉਹਦੀ ਕਲਿਆਣ ਹੋ ਜਾਂਦੀ ਐ ਬਨ ਕੇ ਪਸ਼ ਪੰਛੀ ਸੁਖ ਪਾਵਹਿ ਭਾਈ ਜਿਸ ਤਰ੍ਹਾਂ ਬੱਦਲ ਤੋਂ بارش ਹੁੰਦੀ ਐ ਤੇ ਜੰਗਲਾਂ ਦੇ ਪਸ਼ੂ ਤੇ ਪੰਛੀਆਂ ਨੂੰ ਵੀ ਸੁਖ ਮਿਲਦਾ ਐ ਇਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਪਸ਼ੂ ਪ੍ਰੇਤ ਮੂਧ ਕੋ ਤਾਰੈ ਪਹਨ ਪਾਨ ਉਤਾਰੈ ਕਰਹਿ ਪਾਨ ਅਰ ਤਪਤ ਮਿਟਾਵਹਿ ਤੇ ਜਦੋਂ ਬੱਦਲ ਦੀ بارش ਪੈਂਦੀ ਐ ਪਸ਼ੂ ਪੰਛੀ ਜਣ ਨੇ ਇਸ ਪ੍ਰਕਾਰ ਜਲ ਇਕੱਠਾ ਹੋ ਜਾਂਦਾ ਐ ਉਸ ਨੂੰ ਪੀਂਦੇ ਨੇ ਸੁਖ ਮਾਣਦੇ ਨੇ ਪਿਆਸ ਬੁਝਾਉਂਦੇ ਹਨ ਨਹਾਉਂਦੇ ਨੇ ਗਰਮੀ ਦੇ ਵਿੱਚ ਸੁਖ ਮਾਣਦੇ ਨੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਦੀ ਇਸ ਵਾਸਤੇ ਲੋੜ ਸੀ ਤੇ ਮੇਰੇ ਸਤਿਗੁਰੂ ਨਾਨਕ ਦੀ ਬਾਣੀ ਦੀ ਮਹਾਨਤਾ ਇਹ ਹੈ ਇਹ ਸੰਨਿਆਸੀ ਬੈਰਾਗੀ ਵਿਦਵਾਨ ਪੰਡਤ ਜਿਹੜੇ ਸਨ ਜਦੋਂ ਥਨੇਸ਼ਰ ਸਥਾਨ ਤੇ ਗੁਰੂ ਅਮਰਦਾਸ ਮਹਾਰਾਜ ਨੇ ਸਵਾਲ ਕੀਤਾ ਹੈ ਤੇ ਮੇਰੇ ਸਤਿਗੁਰਾਂ ਨੇ ਉਸ ਵੇਲੇ ਉਹਨਾਂ ਨੂੰ ਇਹ ਜਵਾਬ ਦਿੱਤਾ ਇਹ ਸ਼ਬਦ ਉਚਾਰਨ ਕਰਕੇ ਕਿ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਬਾਣੀ ਇਤਨੀ ਮਹਾਨ ਹੈ ਤੇ ਇਤਨੀ ਇਸ ਦੀ ਲੋੜ ਸੀ ਇਓ ਮੇਰੇ ਸਤਿਗੁਰੂ ਨੇ ਜਣਾ ਕਰਕੇ ਸਾਹਮਣੇ ਤਾਂ ਧੰਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਜੋ ਸਾਨੂੰ ਹੁਕਮ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮਤ ਸਾਰੇ ਬਾਣੀ ਦੀ ਮਹਿਮਾ ਜਣਾ ਕਰਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸਤਿਗੁਰੂ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੇ ਬਨਾਂ ਵਿੱਚ ਇਹ ਸ਼ਰਧਾ ਭਾਵਨਾ ਤੇ ਵਿਸ਼ਵਾਸ ਜਿਹੜਾ ਹੈ ਪ੍ਰਾਪਤ ਹੋਵੇ ਗੁਰਬਾਣੀ ਨਾਲ ਜੁੜੀਏ ਜਿਦੇ ਸਦਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਘਰ ਪ੍ਰਭ ਆਪੇ ਮੇਰੇ ਦੀਆ ਬਰਕਤਾਂ ਪਾਤਰ ਬਣੀਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ ਯਹੋਵਾ ਸਾਹਿਬ ਸੋਮੇ ਦੀ ਦਾਤ ਪ੍ਰਾਪਤ ਹੋਵੇ ਸਤ ਗੁਰ ਬਾਣੀ ਮੇਗ ਸਮਾਨ ਵਰਖੈ ਚੌ ਦਿਸ ਬਖੈ ਮਹਾਨ ਬਨ ਕੇ ਪਸ਼ ਪੰਛੀ ਸੁਖ ਪਾਵਹਿ ਕਰਹਿ ਪਾਨ ਅਰ ਤਪਤ ਮਿਟਾਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ